ਈਵਨ ਕਿ ਜਿਹੜੇ ਇਹਦੇ ਸਪੀਕਰ ਚੱਲਦੇ ਉਹ ਵੀ 1982 ਦੇ ਲੱਗੇ ਹੋਏ ਨੇ। ਅੱਛਾ, ਉਹ ਵੀ ਹਾਲੇ ਤੱਕ ਚੇਂਜ ਨਹੀਂ ਕੀਤਾ ਹੋਇਆ। ਤੁਸੀਂ ਬਹਿ ਕੇ ਖੋਲ ਕੇ ਦੇਖੋਗੇ ਤਾਂ ਤੁਹਾਨੂੰ ਆਪ ਅੰਦਰ ਬਹਿ ਕੇ ਪਤਾ ਚੱਲ ਜੂ। ਇਹ ਵੀਲ ਮੰਗਾਈ ਹੋਣੇ ਬਾਹਰੋਂ? ਇਹ ਦੁਬਈ ਤੋਂ ਸਾਡੇ ਹੈਗੇ ਮੇਰੇ ਫਰੈਂਡ, ਉਹ ਇੰਪੋਰਟ ਕਰਦੇ ਆ ਤੇ ਮੈਂ ਉਹਨਾਂ ਦੇ ਥਰੂ ਲਏ ਸੀਗੇ। ਇਹ ਸਾਈਜ਼ ਆਪਣਾ ਚੇਂਜ ਹੋ ਗਿਆ ਟਾਇਰ ਦਾ ਫਿਰ? ਹਾਂਜੀ, ਇਹਨੂੰ ਕੰਪਨੀ ਵੱਲੋਂ ਆਉਂਦਾ 15 inches ਤੇ ਮੈਂ ਇਹਨੂੰ ਪਾਏ ਹੋਏ ਆ 17। ਆ ਇੰਨਾ ਫਰਕ ਹੈ, ਇੰਨੇ ਡੈਂਟਡ ਕੰਪਨੀ ਦਿੰਦੀ ਹੈ ਨਾ, ਫਿਲਮਿੰਗ ਦੀ ਲੋੜ ਹੀ ਨਹੀਂ ਪੈਂਦੀ ਜੀ। OM606 ਇੰਜਨ ਇਹ ਵੀ ਨਹੀਂ ਹੈਗਾ? ਨਹੀਂ, ਸਟ੍ਰੇਟ ਇਨ ਲਾਈਨ ਹੁੰਦਾ ਇਹ, 6 ਸਿਲੰਡਰ ਦਾ ਇੰਜਨ ਹੈ। ਇਹ ਤਾਂ ਮਤਲਬ ਬਹੁਤ ਜ਼ਿਆਦਾ ਪਾਵਰਫੁਲ ਇੰਜਨ ਮੰਨਿਆ ਗਿਆ। ਗੱਡੀ ਮੇਰੀ 200+ ਈਜ਼ੀਲੀ ਜਾਂਦੀ ਆ, ਇਹ 200+ ਜਾਂਦੀ ਆ। ਹਾਂ, ਤੁਹਾਨੂੰ ਮੈਂ ਦਿਖਾਉਂਦਾ ਇਹਦੇ ਵਿੱਚ, 200+ ਜਾ ਕੇ ਵੀ ਜਦੋਂ ਇੰਨੀ ਇਹਦੀ ਸਟੇਬਿਲਿਟੀ ਹੈਗੀ ਪੂਰੀ, ਉਹ ਪਤਾ ਵੀ ਨਹੀਂ ਲੱਗਣਾ ਤੁਹਾਨੂੰ ਇਹਦਾ, ਮਤਲਬ ਇੰਨੀ ਸ਼ਾਂਤੀ ਨਾਲ ਜਾਣੀ, ਤੁਹਾਨੂੰ ਨਾਲ ਲੱਗੇ ਖੜੇ ਪਤਾ ਵੀ ਨਹੀਂ ਲੱਗਣਾ ਕਿ ਕੀ ਨਿਕਲ ਕੀ ਗਿਆ ਨਾਲ ਦੀ। ਤਾਂ ਸਟੇਬਿਲਿਟੀ? ਸਟੇਬਿਲਿਟੀ ਪੂਰੀ ਇਹਨਾਂ ਦੀ, ਇਹਦਾ ਸ਼ੀਸ਼ਾ ਸਾਰਾ ਘੇਰਦਾ ਇਹ। ਆਹ ਦੇਖਣਾ, ਮਕੈਨਿਜ਼ਮ ਹੀ ਇੱਦਾਂ ਦਾ ਹੈ ਪੂਰਾ, ਇਹਨੇ ਸੈਂਟਰ 'ਚ ਜਾ ਕੇ ਉੱਚਾ ਹੋਣਾ, ਉੱਚਾ ਹੋ ਕੇ ਸਾਰਾ ਉੱਧਰ ਕਵਰ ਕਰਕੇ ਥੱਲੇ ਆਪਣੀ ਜਗ੍ਹਾ 'ਤੇ ਆ ਜਾਣਾ। ਸਾਰਾ ਕਾ ਸਾਰੇ ਦਿਨ ਟੋਟਲੀ ਭਾਅ ਜੀ ਤੁਹਾਡੇ ਸਾਹਮਣੇ। ਨਾਲੇ ਭਾਅ ਜੀ ਇੱਕ ਚੀਜ਼ ਆ, ਆਹ ਜਿਹੜੇ ਆਹ ਨੇ ਨਾ, ਜਦੋਂ ਬੰਦਾ ਆਪਾਂ ਸਰਵਿਸਿੰਗ ਕਰਾਉਂਦੇ ਹਾਂ, ਖਾਸ ਕਰਕੇ ਸਾਡੇ ਮਿਸਤਰੀ ਉਹ ਭੰਨ ਦਿੰਦੇ ਨੇ ਹਾਲੀਆਂ। ਹਾਂਜੀ ਹਾਂਜੀ, ਘੱਸ ਜਾਂਦੇ ਇਹ, ਇਹ ਘੱਸ ਜਾਂਦੀਆਂ ਜਾ ਕੇ, ਜਾਂ ਤਾਂ ਲੱਭਣਾ ਨਹੀਂ, ਉਹ ਜੇ ਲੱਭਿਆ ਵੀ ਤਾਂ ਬਸ ਨਾਮੋ ਨਿਸ਼ਾਨ ਜਿਹਾ ਲੱਭਦਾ ਹੁੰਦਾ, ਬਾਬਾ ਹਲਕਾ ਫੁਲਕਾ ਪਤਾ ਲੱਗੂਗਾ ਸਟਿੱਕਰ ਲੱਗਾ ਹੋਣਾ। ਠੀਕ ਹੈ, ਸਾਰੇ ਲੱਗੇ ਪਏ ਨੇ ਬਦਲੀ, ਇਹ ਬਦਲੀ ਕੀਤੇ ਕਿ ਉਹੀ ਆ? ਨਹੀਂ, ਇਹ ਨਾਲ ਦੀ ਹੈ ਭਾਅ ਜੀ, ਨਾਲ ਦੇ ਆ। ਮੋਰਲਾ ਜਿਹੜਾ ਰਿਮ ਹੈ ਉਹ 8.5 inches ਚੌੜਾ, ਪਿਛਲਾ ਰਿਮ ਜਿਹੜਾ 10.5 inches। ਇਹ ਕਰਨ ਦਾ ਬੈਨੀਫਿਟ ਕਿਆ ਹੁੰਦਾ ਉਹਦਾ? ਇਹ ਭਾਅ ਜੀ ਇੱਕ ਤਾਂ ਸਟੇਬਿਲਿਟੀ ਗੱਡੀ ਦੀ ਪਕੜ ਰੋਡ ਤੇ, ਕਿਉਂਕਿ ਜਦੋਂ ਆਪਾਂ ਨੂੰ, ਕਿਉਂਕਿ ਹੁਣ ਜਿੰਨੀ ਪਾਵਰ ਇੰਜਨ ਦੀ, ਇੱਕ ਤਾਂ ਰੀਅਰ ਵੀਲ ਡਰਾਈਵ ਗੱਡੀਆਂ ਨੇ, ਬਿਲਕੁਲ, ਤਾਂ ਉਹ ਪਾਵਰ ਨੂੰ ਇੱਕ ਤਾਂ ਗੱਡੀ ਦੇ ਲੁੱਕ ਨੂੰ ਇਨਹਾਂਸ ਕਰਦਾ, ਪਲੱਸ ਇੱਕ ਸਟੇਬਿਲਿਟੀ ਰੋਡ ਦੇ ਉੱਪਰ ਪਕੜ ਆਪਣੀ ਪੂਰੀ ਬਣਾਉਂਦਾ। ਇੱਕ ਜਿਹੜੀ ਹੈਗੀ ਆ ਸਨਰੂਫ, ਇਹ ਆਪਣੇ ਟਿਲਟ ਵੀ ਹੁੰਦੀ ਆ ਤੇ ਪੂਰੀ ਅੰਦਰ ਵੀ ਜਾਂਦੀ ਆ। ਇਹ ਅੰਦਰ ਚਲੀ ਜਾਂਦੀ, ਇਹ ਅੰਦਰ ਵਿੱਚ ਚਲ ਜਾਂਦੀ ਆ ਸਾਰਾ, ਮਤਲਬ ਕਿ ਇੰਨਾ ਸਪੇਸ ਸਾਨੂੰ ਓਪਨ ਹੋ ਜਾਂਦਾ ਸਾਰਾ ਇਹਦਾ। ਇਹਦੇ ਵਿੱਚ ਇਹ ਆਉਂਦਾ ਸੀਗਾ ਉਦੋਂ, ਗਲਾਸ ਗਲੂਸ ਦਾ ਆਪਸ਼ਨ ਨਹੀਂ ਸੀ? ਨਹੀਂ, ਉਦੋਂ ਗਲਾਸ ਨਹੀਂ ਹੁੰਦੇ ਸੀ, ਇਹਨਾਂ 'ਚ ਹੈਲੋਜਨ ਬਲਬ ਹੁੰਦੇ ਜੀ। ਉਸ ਤੋਂ ਬਾਅਦ ਆ ਸ਼ੀਸ਼ਾ ਜਿਹੜਾ, ਜਿੰਨੇ ਆ ਰਿਬਸ ਦੇਖਦੇ ਨਾ, ਇਹ ਲਾਈਟ ਦਾ ਫੋਕਸ ਬਣਾਉਂਦੀਆਂ, ਖਲਾਰਦੀਆਂ ਉਹਨੂੰ, ਲਾਈਟ ਨੂੰ ਖਲਾਰਦੀਆਂ ਨੇ। ਜੇ ਅੱਜ ਦੀ ਰੇਟ 'ਚ ਆਪਾਂ ਬਾਹਰੋਂ ਮੰਗਾਉਂਦੇ ਹਾਂ ਤਾਂ 1.5 lakh rupees ਦੀਆਂ 2 lights, 1.5 lakh rupees ਦਾ ਜੋੜਾ ਲਾਈਟਾਂ ਦਾ ਪੈਸਾ। ਹਾਂਜੀ ਬਈ, ਇਹ ਉਦਾਂ ਕਿਲੋਮੀਟਰ ਦੇ ਹਿਸਾਬ ਨਾਲ ਮੀਟਰ 'ਤੇ ਕਿੰਨੀ ਚੱਲੀ ਹੋਊਗੀ ਹੁਣ ਤਾਈਂ? ਭਾਅ ਜੀ ਇਹ ਮੇਰੀ ਚੱਲੀ ਹੈਗੀ ਹੈ ਜੀ 82,000, ਹਾਲੇ ਤਾਂ 82 ਚੱਲੀ ਆ। ਹਾਂਜੀ, 43 ਸਾਲ ਹੋ ਗਏ ਆਪਣੀ ਸਾਲ 'ਚ 82 ਚੱਲੀ ਜੀ। ਬਾਈ ਆਪਾਂ ਆਹ ਖੜੇ, ਆਹ ਕੀ ਚੀਜ਼ ਆ? ਇਹ ਭਾਅ ਜੀ ਹੈਂਡ ਬ੍ਰੇਕ ਹੈ ਇਹਦੀ। ਅੱਛਾ, ਇਹ ਹੈਂਡ ਬ੍ਰੇਕ? ਇਹ ਹੈਂਡ ਬ੍ਰੇਕ ਹੈ, ਇਹਨੂੰ ਜਿੱਦਾਂ ਆਪਾਂ ਇੱਦਾਂ ਘੁਮਾਉਂਗੇ ਆਹ ਰਿਲੀਜ਼ ਹੋ ਗਈ। ਅੱਛਾ, ਇਹਨੂੰ ਖਿੱਚ ਦਿਓ, ਹੈਂਡ ਬ੍ਰੇਕ ਲੱਗ ਗਈ। ਈਵਨ ਕਿ ਹਲੇ ਆਹ ਮਰਸੀਡੀਜ਼ ਦੀ ਓਰੀਜਨਲ ਟੂਲ ਕਿੱਟ ਵੀ ਵਿੱਚ ਹੀ ਪਈ ਆ। ਅੱਛਾ, ਆ ਸਪੇਅਰ ਵੀਲ ਇਹਦੇ ਅਜੂਬਾ ਜਿਹੜਾ ਆਹ ਵੀਲ ਪਿਆ ਹੋਇਆ, ਆਹ ਜੈਕ ਹੈਗਾ ਜੀ ਇਹਦਾ, ਆਹ ਸਪੇਅਰ ਵੀਲ ਆ ਗਿਆ ਆਪਣਾ। ਅੱਛਾ, ਇਹ ਨਾਲ ਦਾ ਹੀ ਆ ਭਾਈ? ਸਭ ਕੁਝ ਨਾਲ ਦਾ ਜੀ, ਕੁਝ ਵੀ ਚੇਂਜ ਨਹੀਂ ਹੈਗਾ, ਕਿਤੋਂ ਕੋਈ ਗਲੀ ਨਹੀਂ, ਕੋਈ ਲੇਸ਼ਾ ਵੀ ਨਾਲ ਦੀਆਂ, ਸਭ ਕੁਝ ਜੀ, ਸਭ ਕੁਝ ਨਾਲ ਦਾ। ਆ ਹੱਥ ਫੇਰਦੇ ਆ, ਆ ਜਮਾ ਸਾਫ ਆ ਹੈ, ਮਤਲਬ ਕਿ ਕੋਈ ਆਇਲ ਵਗੈਰਾ ਤੁਹਾਨੂੰ ਕਿਸੇ ਨਹੀਂ, ਲੀਕੇਜ ਵਗੈਰਾ ਕੋਈ ਤਾਂ ਨਹੀਂ ਮਿਲੂਗੀ, ਮਤਲਬ ਕੋਈ ਇੰਨੀ ਸਾਫ ਗੱਡੀ ਮੈਨੂੰ ਲੱਗਦਾ ਸ਼ਾਇਦ ਕਿਸੇ ਕੋਈ ਇਹਦੇ ਨਾਲ ਦੀ ਖੜੀ ਹੋਊਗੀ ਹੈ। ਆਹ ਦੇਖੋ ਇੱਥੇ ਖੜਦੀਆਂ ਨੇ। ਹਾਂਜੀ, ਇਹ ਸਟੋਪਰ ਹੁੰਦਾ ਜਿੱਦਾਂ ਇੱਕ ਸਟੋਪ, ਆਹ ਦੂਜਾ ਸਟੋਪ, ਪ੍ਰੋਪਰ ਵਰਕਿੰਗ ਆ ਸਾਰਾ ਜਿਹਦਾ ਹੈ। ਹਾਂਜੀ ਮਿੱਤਰੋ, ਸਤਿ ਸ਼੍ਰੀ ਅਕਾਲ ਜੀ ਹੈ, ਅਤੇ ਲਓ ਜੀ ਗੱਲਬਾਤ ਦੇਖੋ ਐਂ ਆ ਵੀ ਕੀ ਸਿਆ, ਆ ਉੱਥੇ ਜਾ ਜੱਟਾ, ਉੱਧਰ ਉੱਧਰ ਚੱਲ ਜਾ, ਉੱਧਰ ਚੱਲ ਜਾ, ਉੱਧਰ ਚੱਲ ਜਾ, ਇੱਕ ਵਾਰੀ ਫਰੇਮ 'ਚ ਲੈ ਕੇ ਦਿਖਾ ਕਿ ਭਾਈ ਇੱਥੇ ਖੜ ਕੇ ਤੁਹਾਨੂੰ ਐਂ ਲੱਗੂਗਾ ਕਿ ਤੁਸੀਂ ਮਰਸੀਡੀਜ਼ ਦੇ ਕਿਸੇ ਸ਼ੋਰੂਮ ਦੇ ਵਿੱਚ ਅੱਜ ਤੋਂ 20-25 ਸਾਲ 30 ਸਾਲ ਪਿੱਛੇ ਚਲ ਗਏ ਹੈ, ਐਂ ਲੱਗਦਾ।
ਉਹ ਵੀ ਤਾਂ ਲੱਗੂ ਕਿਉਂਕਿ ਗੱਡੀਆਂ ਬਹੁਤ ਟਾਈਮ ਦੀਆਂ ਬਾਏ ਕਰੀਆਂ ਹੋਈਆਂ ਨੇ ਬਾਈ ਸਾਡੇ ਨਾਲ ਬਾਈ ਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਆਪਾਂ ਖੜੇ ਕਿੱਥੇ ਆ ਉਦਾਂ ਆਪਾਂ ਭਾਜੀ ਨਹੀਂ ਕੋਈ ਗੱਲ ਨਹੀਂ ਉਹ ਨਹੀਂ ਕੋਈ ਚੱਕਰ ਆਪਾਂ ਗਰਾਇਆਂ ਦੇ ਵਿੱਚ ਆਏ ਜੀ ਹਾਂ ਗਰਾਇਆਂ ਦੇ ਵਿੱਚ ਖੜੇ ਆ ਆਪਾਂ ਹੈ ਹਾਂਜੀ ਤੇ ਇਹ ਉਹਦਾ ਫੈਕਟਰੀ ਸੀ ਪਹਿਲਾਂ ਹਾਂਜੀ ਇਹ ਫੈਕਟਰੀ ਸੀਗੀ ਫਿਰ ਅਸੀਂ ਇਹਨੂੰ ਮੈਂ ਆਪਣਾ ਜਿਹੜਾ ਐਜ਼ ਅ ਗਰਾਜ ਕਨਵਰਟ ਕੀਤਾ ਆਪਣੇ ਹੁਣ ਕਈਆਂ ਨੂੰ ਐਂ ਲੱਗਣਾ ਕਿ ਖੋਰਾ ਵੀ ਮੇਰੇ ਕੋਲੇ ਗੱਡੀਆਂ ਖੜੀਆਂ ਨੇ ਭਾਈ ਹੈ ਹਾਂਜੀ ਬ੍ਰਾਂਡ ਨਿਊ ਕੰਡੀਸ਼ਨ 'ਚ ਖੜੀ ਨੇ ਵੀਰੇ ਖਰੇ ਗਰਾਜ ਹੈਗਾ ਆਪਦਾ ਕਿ ਕੰਮ ਕਰਦੇ ਨੇ ਗੱਡੀਆਂ ਦਾ ਹੈ ਨਹੀਂ ਨਹੀਂ ਮੈਂ ਕੰਮ ਨਹੀਂ ਕਰਦਾ ਮੇਰਾ ਇਹ ਆਪਣਾ ਹੀ ਪੈਸ਼ਨ ਆ ਮੇਰੀਆਂ ਜੋ ਗੱਡੀਆਂ ਖੜੀਆਂ ਸਭ ਆਪਣੀਆਂ ਹੀ ਨੇ ਆਪਣਾ ਕੰਮ ਕਰਨਾ ਆਪਣੇ ਹੱਥੀ ਜਿਹੜਾ ਆਪਣੀ ਗੱਡੀ ਦਾ ਕੰਮ ਕਰਨ ਦਾ ਸ਼ੌਂਕ ਹੈ ਬਸ ਉਹ ਆਪਾਂ ਕਰੀ ਜਾਂਦੇ ਜੀ ਵੈਸੇ ਭਾਈ ਆਪਦੀ ਕਲੈਕਸ਼ਨ ਇਹ ਤੋਂ ਵੱਧ ਵੀ ਹੈਗੀ ਆ ਮੇਰੇ ਕੋਲ ਭਾਜੀ ਟੋਟਲ ਇਨ ਕਲੈਕਸ਼ਨ 8 ਗੱਡੀਆਂ ਨੇ ਜਿਹਨਾਂ ਚੋਂ ਚਾਰ ਤਾਂ ਆਹ ਖੜੀਆਂ ਨੇ ਛੇ ਦੋ ਮੇਰੀਆਂ ਰੀਕੰਡੀਸ਼ਨ ਹੋ ਰਹੀਆਂ ਉਹ ਬਾਹਰ ਮੈਂ ਉਹ ਇਹ ਤੋਂ ਵੀ ਪੁਰਾਣੀਆਂ ਇੱਕ 76 ਮਾਡਲ ਹੈ ਜੀ ਇੱਕ 73 ਆ ਉਹ ਜਿੱਦਾਂ ਮੈਂ ਆਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਦੇ ਦਿੱਤੀਆਂ ਸੀ ਬਣਨੀਆਂ ਵੈਸੇ ਬਾਈ ਹੁਣ ਕਈਆਂ ਨੂੰ ਦੇਖ ਕੇ ਪਤਾ ਕੀ ਲੱਗਣਾ ਆ ਉਹ ਯਾਰ ਗੱਡੀਆਂ ਬਹੁਤ ਲਿਸ਼ਕਦੀਆਂ ਖੋਰੇ ਭਾਈ ਇਹ ਰੀਪੇਂਟਡ ਆ ਹਨਾ ਕਿ ਦੁਬਾਰਾ ਤਿਆਰ ਕਰੀਆਂ ਹੋਈਆਂ ਨੇ ਵੈਸੇ ਭਾਈ ਦੱਸਣਾ ਪਤਾ ਕਾਰ ਓਰੀਜਨਲ ਇਹ ਭਾਜੀ ਟੋਟਲੀ ਓਰੀਜਨਲ ਗੱਡੀਆਂ ਨੇ ਸਿਰਫ ਰੀਪੇਂਟ ਇੱਕ ਵਾਰੀ ਆ ਗੱਡੀ ਹੋਈ ਆ ਕੋਈ ਪਾਰਟ ਇਹਦਾ ਚੇਂਜ ਨਹੀਂ ਹੈਗਾ ਹਾਲੇ ਤੱਕ ਈਵਨ ਕਿ ਇਹਦੀ ਸੀਟਾਂ ਵੀ ਜੋ ਆ ਕੰਪਨੀ ਵੱਲੋਂ ਜੋ ਲੈਦਰ ਲੱਗ ਕੇ ਆਇਆ ਸੀ ਉਹੀ ਹੈ ਉਹੀ ਹੈ ਈਵਨ ਕਿ ਜਿਹੜੇ ਇਹਦੇ ਸਪੀਕਰ ਚੱਲਦੇ ਉਹ ਵੀ 1982 ਦੇ ਲੱਗੇ ਹੋਏ ਨੇ ਅੱਛਾ ਉਹ ਵੀ ਹਾਲੇ ਤੱਕ ਚੇਂਜ ਨਹੀਂ ਕੀਤਾ ਹੋਇਆ ਤੁਸੀਂ ਬਹਿ ਕੇ ਖੋਲ ਕੇ ਦੇਖੋਗੇ ਤਾਂ ਤੁਹਾਨੂੰ ਆਪ ਅੰਦਰ ਬਹਿ ਕੇ ਪਤਾ ਚੱਲ ਜੂਗਾ ਇਹ ਅਕੋਰਡਿੰਗ ਟੂ ਕਸਟਮਰ ਗੱਡੀਆਂ ਬਣਦੀਆਂ ਹੁੰਦੀਆਂ ਸੀਗੀਆਂ ਉਦੋਂ ਭਾਜੀ ਉਦੋਂ ਬਾਏ ਆਰਡਰ ਹੁੰਦੀਆਂ ਸੀਗੀਆਂ ਜਿੱਦਾਂ ਇੱਕ ਬੇਸਿਕ ਗੱਡੀ ਆ ਜਾਂਦੀ ਸੀ ਜੇ ਤੁਸੀਂ ਇਹ ਸਾਈਡ ਮਿਰਰ ਵੀ ਇੱਕ ਲੈਣਾ ਨਾ ਇਹ ਵੀ ਬਾਏ ਤੁਸੀਂ ਉਹ 'ਚ ਆਰਡਰ ਦੇਣਾ ਪੈਂਦਾ ਸੀ ਅੱਛਾ ਜੇ ਤੁਹਾਨੂੰ ਸੀਟ ਬੈਲਟ ਚਾਹੀਦੀਆਂ ਉਹ ਅਲੱਗ ਆਰਡਰ ਜਾਂਦਾ ਹੁੰਦਾ ਸੀ ਅੱਛਾ ਤੁਹਾਨੂੰ ਗਲਵ ਬਾਕਸ ਲੌਕ ਚਾਹੀਦਾ ਉਹਦਾ ਅਲੱਗ ਆਰਡਰ ਜਾਣਾ ਪਿੱਛੇ ਡੀਫੋਗਰ ਚਾਹੀਦਾ ਅਲੱਗ ਆਰਡਰ ਜਾਣਾ ਪਾਵਰ ਵਿੰਡੋ ਦੇਣੀ ਆ ਉਹ ਅਲੱਗ ਆਰਡਰ ਜਾਂਦੇ ਸੀ ਅੱਛਾ ਉਹ ਤੁਸੀਂ ਆਪਣੇ ਐਜ਼ ਪਰ ਆਰਡਰ ਉਹਨੂੰ ਕਰ ਸਕਦੇ ਹੋ ਕਸਟਮਾਈਜ਼ ਭਾਈ ਆਪਾਂ ਉਹਦੇ ਵਿੱਚ ਜਿੰਨੇ ਫੀਚਰ ਐਡ ਆਨ ਕਰਾਉਣੇ ਹੋ ਐਡ ਆਨ ਕਰਾ ਮਤਲਬ ਕਿ ਬੇਸਿਕ ਗੱਡੀ ਦੇ ਉੱਪਰ ਐਡ ਆਨ ਜੋ ਵੀ ਪ੍ਰਾਈਸ ਤੇ ਕਰਾਈ ਚੱਲੋ ਮਤਲਬ ਵੇਰੀਐਂਟ ਦੇ ਹਿਸਾਬ ਨਾਲ ਨਹੀਂ ਹਾਂਜੀ ਵੇਰੀਐਂਟ ਦੇ ਹਿਸਾਬ ਨਾਲ ਅਲੱਗ ਅਲੱਗ ਆ ਇਹਨਾਂ 'ਚ ਵੇਰੀਐਂਟ ਜਿੱਦਾਂ ਪੈਟਰੋਲ ਆਉਂਦੇ ਸੀ ਡੀਜ਼ਲ ਆਉਂਦੇ ਸੀਗੇ ਉਹਦੇ ਉੱਪਰ ਜੋ ਕਸਟਮਾਈਜ਼ੇਸ਼ਨ ਆ ਉਹ ਸਾਰੀ ਤੁਸੀਂ ਆਪਣੇ ਹਿਸਾਬ ਨਾਲ ਕਰਾ ਸਕਦੇ ਜੇ ਆਪਾਂ ਨੰਬਰ ਦੇ ਹਿਸਾਬ ਨਾਲ ਗੱਲ ਕਰੀਏ ਗੱਡੀ ਕਿਹੜੀ ਆ ਇਹ ਭਾਜੀ ਹੈਗੀ 200 ਇਹ 200 ਆ ਹਨਾ ਇਹ ਚੈਸੀ ਨੂੰ ਆਪਾਂ ਕਹਿੰਦੇ W123 ਜਿਹੜੀ ਗੱਡੀ ਦਾ ਨਾਮ ਆ ਜਿਹੜਾ ਇਹਦਾ ਮਾਡਲ ਵੇਰੀਐਂਟ ਹੈ ਉਹ ਹੈਗਾ 200 ਪੈਟਰੋਲ ਇਹ ਗੱਡੀ ਇੰਨੀ ਫੇਮਸ ਕਾਹਤੋਂ ਜਿੰਨੇ ਕੁ ਬੰਦੇ ਨਾਲ ਗੱਲ ਕਰਦੇ ਆ 1-2-3 ਤਿਆਰ ਕਰਦੇ ਆ 1-2-3 ਲੱਭਦੇ ਪਏ ਆ ਹੈ ਭਾਜੀ ਇਹ ਜਿੱਦਾਂ ਹੁਣ ਕਹਿ ਲਓ ਜਿਹੜੀਆਂ ਤਾਂ ਇਹਨਾਂ ਤੋਂ ਪੁਰਾਣੀਆਂ ਹੋ ਗਈਆਂ ਉਹ ਸਮੇਟ ਹੋ ਗਈਆਂ ਗੱਡੀਆਂ ਬਣੀਆਂ ਨੇ ਕਬਾੜ ਕਬੂੜ 'ਚ ਪਈਆਂ ਨੇ ਜਾਂ ਕਬਾੜ 'ਚ ਪਈਆਂ ਨੇ ਜਾਂ ਕਿਸੇ ਕੋਲ ਪਈਆਂ ਨੇ ਉਹ ਤਾਂ ਗੱਲ ਲੱਗ ਨਹੀਂ ਲੱਗਣ ਦਿੰਦਾ ਇਹ ਗੱਡੀਆਂ ਸੀਗੀਆਂ ਅੱਜ ਤਾਂ ਹੁਣ ਦੇ ਟਾਈਮ ਤੱਕ ਇਹ ਗੱਡੀ ਜਿਹੜੇ ਕੋਲ ਆ ਗਈ ਹੁਣ ਜਿਹੜੇ ਤਿਆਰ ਕਰ ਰਹੇ ਆ ਜਾਂ ਅੱਜ ਕੱਲ੍ਹ ਜਿੱਦਾਂ ਗਾਣਿਆਂ 'ਚ ਬਹੁਤ ਚੱਲ ਪਿਆ ਗਾਣੇ ਹੋ ਗਈ ਸ਼ੂਟਿੰਗ ਦੇ ਵਿੱਚ ਜਾਂਦੀਆਂ ਗੱਡੀਆਂ ਉਹ ਤਾਂ ਕਰਕੇ ਲੋਕਾਂ 'ਚ ਹੁਣ ਕਰੇਜ਼ ਥੋੜ੍ਹਾ ਜ਼ਿਆਦਾ ਹੋ ਗਿਆ ਕਿਉਂਕਿ ਆਪਣੇ ਗਾਣਿਆਂ ਤੁਸੀਂ ਦੇਖੋ ਗਾਣਿਆਂ 'ਚ ਹੁਣ ਵਧਣ ਲੱਗ ਪਈਆਂ ਗੱਡੀਆਂ ਮੂਸੇਵਾਲੇ ਤੋਂ ਬਾਅਦ ਹੁਣ ਦੇਖਣ ਲੱਗ ਪਈਆਂ ਇਹ ਉਹ ਜਦੋਂ ਦੇਖਦੀਆਂ ਗੱਡੀਆਂ ਫਿਰ ਬੰਦੇ ਨੂੰ ਕਰੇਜ਼ ਹੋ ਜਾਂਦਾ ਉਸ ਚੀਜ਼ ਦਾ ਵੈਸੇ ਬਈ ਇਹ ਗੱਡੀ ਦੀ ਜੇ ਫਰੰਟ ਦੀ ਗੱਲ ਕਰਦੇ ਹਨਾ ਜਿਵੇਂ ਵਿਕੀ ਨੇੜੇ ਆ ਸੋਹਣਿਆ ਲਾਈਟਾਂ ਇਹਨੂੰ ਉਦੋਂ ਤਾਂ LED ਦਾ ਮੰਨ ਲਓ ਰਿਵਾਜ਼ ਸੀਗਾ ਹੀ ਨਹੀਂ ਇਹ ਹੈਗੇ ਨੇ ਹੈਲੋਜਨ ਇਹਨਾਂ 'ਚ ਹੈਲੋਜਨ ਬਲਬ ਹੁੰਦੇ ਜੀ ਉਸ ਤੋਂ ਬਾਅਦ ਆ ਸ਼ੀਸ਼ਾ ਜਿਹੜਾ ਜਿੰਨੇ ਆ ਰਿਬਸ ਦੇਖਦੇ ਨਾ ਇਹ ਲਾਈਟ ਦਾ ਫੋਕਸ ਬਣਾਉਂਦੀਆਂ ਖਲਾਰਦੀਆਂ ਉਹਨੂੰ ਲਾਈਟ ਨੂੰ ਖਲਾਰਦੀਆਂ ਨਹੀਂ ਤਾਂ ਇੱਕ ਆਮ ਬਲਬ ਆਪ ਚਲਾ ਲਈ ਉਹ ਤਾਂ ਇੱਥੇ ਕੀ ਲੋਅ ਛੱਡ ਦੇਣੀ ਇਹ ਜਿਹਦਾ ਐਜ਼ ਅ ਮੈਗਨੀਫਾਈਂਗ ਗਲਾਸ ਉਹਨੂੰ ਕੰਮ ਕਰਦੀ ਮੰਨ ਲਓ ਰੱਬ ਨਾ ਕਰੇ ਖੁਦਾ ਨਾ ਖਾਸਤਾ ਇਹਨੂੰ ਕੋਈ ਨੁਕਸਾਨ ਹੋ ਗਿਆ ਫੇਰ ਭਾਜੀ ਬੰਦੇ ਨੂੰ ਨੁਕਸਾਨ ਬਹੁਤ ਹੁੰਦਾ ਕਿੰਨੇ ਕਿੰਨੇ ਹੁੰਦਾ ਹੋਊਗਾ ਇੱਕ ਜੇ ਆਪਾਂ ਕਹਦੇ ਲਾਈਟ ਸਿੰਗਲ ਤਾਂ ਮਿਲਦੀ ਨਹੀਂ ਸਿੰਗਲ ਨਹੀਂ ਮਿਲਦੀ ਜੀ ਇਹ ਜੇ ਆਪਾਂ ਓਰੀਜਨਲ ਜਿੱਦਾਂ ਹੈਲਾ ਦੀਆਂ ਇਹ ਹੈਗੀਆਂ ਨੇ ਹੈਲਾ ਦੀਆਂ ਨੇ ਹੈਲਾ ਕੰਪਨੀ ਦੀ ਓਰੀਜਨਲ ਆਉਂਦੀ ਸੀ ਹੈਲਾ ਹੋ ਗਈ ਜਾਂ ਬੋਸ਼ ਹੋ ਗਈ ਜੇ ਅੱਜ ਦੀ ਰੇਟ 'ਚ ਆਪਾਂ ਬਾਹਰੋਂ ਮੰਗਾਉਂਦੇ ਹਾਂ ਤਾਂ 1.5 ਲੱਖ ਰੁਪਏ ਦੀਆਂ ਦੋ ਲਾਈਟਾਂ 1.5 ਲੱਖ ਰੁਪਏ ਦਾ ਜੋੜਾ ਲਾਈਟਾਂ ਦਾ ਪੈਸਾ ਹਾਂਜੀ ਇੱਕ ਡੈਪੋ ਵਗੈਰਾ ਦੀਆਂ ਆਉਂਦੀਆਂ ਤਾਈਵਾਨੀ ਲਾਈਟਾਂ ਆਉਂਦੀਆਂ ਉਹ ਆਪਣੀਆਂ ਕਹਿ ਲਓ ਕੁਛ 30-40 ਹਜ਼ਾਰ ਦੇ ਵਿੱਚ ਆਪਣੇ ਮਿਲ ਜਾਂਦੀਆਂ ਬਟ ਉਹਨਾਂ ਦਾ ਫੋਕਸ ਨਹੀਂ ਇੰਨਾ ਹੈਗਾ ਉਹ 'ਚ ਫਰਕ ਆ ਜ਼ਮੀਨ ਅਸਮਾਨ ਦਾ ਜ਼ਮੀਨ ਅਸਮਾਨ ਦਾ ਹੈ ਹੈ ਸੋਚ ਕਰਕੇ ਸ਼ੀਸ਼ੇ ਦਾ ਪੈਟਰਨ ਜਿਹੜਾ ਹੈ ਉਹ ਚੀਜ਼ ਮੈਚ ਨਹੀਂ ਕਰਨੀ ਤਾਂ ਲਾਈਟ ਦਾ ਥਰੋ ਬਣਨਾ ਹੀ ਨਹੀਂ ਉਹਨਾਂ ਦਾ ਦੇਸੀ ਦੇਸੀ ਰਹਿਣੀ ਹੈ ਓਰੀਜਨਲ ਓਰੀਜਨਲ ਰਹਿਣੀ ਹੈ ਤੇ ਜਿਹੜਾ ਇਹਦਾ ਨੰਬਰ ਹੈ ਇਹ ਵਾਲਾ
ਇਹ ਭਾਅ ਜੀ ਪੁਰਾਣਾ ਦਿੱਲੀ ਦਾ ਨੰਬਰ ਹੈ ਜੀ। ਅੱਗੇ ਕੀ ਹੁੰਦਾ ਸੀ, ਗੱਡੀਆਂ ਜਿੱਦਾਂ ਟ੍ਰਾਂਸਫਰ ਹੋ ਜਾਂਦੀਆਂ ਸੀਗੀਆਂ, ਬਟ ਨੰਬਰ ਉਹੀ ਰਹਿੰਦੇ। ਜਿੱਦਾਂ ਅੱਜ ਕੱਲ੍ਹ ਆਪਾਂ ਦਿੱਲੀਓਂ ਗੱਡੀ ਲੈ ਕੇ ਆਏ, ਇੱਥੇ ਨੰਬਰ ਕਟਾ ਕੇ ਤੁਸੀਂ ਆਪਣਾ ਨਵਾਂ ਆਪਣੀ ਮਨਪਸੰਦ ਦਾ ਨੰਬਰ ਲਵਾ ਲੈਂਦੇ ਹੋ। ਉਦੋਂ ਨੰਬਰ ਨਹੀਂ ਚੇਂਜ ਹੁੰਦੇ, ਸਿਰਫ ਆਰ ਸੀ ਦਾ ਇੰਡੋਰਸ ਹੋ ਜਾਂਦਾ ਸੀ ਕਿ ਫਲਾਣੇ ਦੇ ਨਾਂ ਇਸ ਐਡਰੈਸ ਤੇ ਗੱਡੀ। ਜਿਹੜੇ ਜਿਹੜੇ ਪਿੰਡ ਰਹਿੰਦਾ ਆ ਭਾਈ, ਉਹ ਸਿੱਧਾ ਚੜ ਗਿਆ, ਸਿੱਧਾ ਉਹ ਆਰ ਸੀ ਦੇ ਚੜ ਜਾਂਦੇ, ਉੱਥੇ ਦੀ ਤਹਿਸੀਲ ਮਿਲ ਕੇ ਚੜਾ ਦਿੰਦੀ ਹੁੰਦੀ ਸੀਗੀ। ਜਿਵੇਂ ਆਹ ਆ, ਹਾਂਜੀ, ਹੈ ਨਾ, ਜਿਹੜੇ ਬੰਦੇ ਕੋਲ ਮਰਸਡੀਜ਼ ਦਾ ਪੁਰਾਣੀ ਆ ਭਾਈ, ਹਾਂਜੀ, ਜਿਹਦੇ ਤਾਂ ਆਹ ਲੱਗਿਆ ਭਾਈ, ਡਰਦਾ ਬਹੁਤ ਅਗਲਾ ਬੰਦਾ ਯਾਰ, ਕਿਤੇ ਆਹ ਨਾ ਕੋਈ ਲਾ ਕੇ ਲੈ ਜੇ ਭਾਈ। ਇਹ ਲਹਿੰਦਾ ਨਹੀਂ ਹੈਗਾ, ਇਹ ਟੁੱਟਦਾ ਟੁੱਟਦਾ ਆ, ਜਦੋਂ ਜਦੋਂ ਖਿੱਚਦਾ ਕੋਈ ਟੁੱਟਦਾ। ਆਤ ਕੀ ਹੋਣੀ ਕਿਸੇ ਨੇ ਆਉਣਾ ਜੀ, ਮਰੋੜਤਾ ਮਰੋੜਤਾ, ਹਾਂ ਉਹ ਹੱਥ 'ਚ ਆ ਜਾਣਾ। ਹਾਂ ਉਹ ਹੱਥ 'ਚ, ਉਹਦੇ ਲਈ ਤਾਂ ਕਿਸੇ ਕੰਮ ਦਾ ਨਹੀਂ, ਨਾ ਸਾਡੇ ਕੰਮ ਦਾ ਰਿਹਾ, ਨਾ ਉਹਦੇ ਕੰਮ ਦਾ ਰਿਹਾ। ਤਾਂ ਇਹ ਜੇ ਆਪਾਂ ਹੁਣ ਕੰਪਨੀ 'ਚ ਲੈਣਾ ਹੋਵੇ ਤਾਂ 8-9 ਹਜ਼ਾਰ ਤੋਂ ਘੱਟ ਮਿਲਣਾ ਨਹੀਂ। ਕਾਪੀਆਂ ਮਿਲਦੀਆਂ 2000-2200 ਦੀਆਂ, ਬਟ ਉਹ ਸ਼ਕਲ ਨਹੀਂ ਹੈਗੀ ਉਹਨਾਂ ਦੀ ਰੱਖਣ ਦੀ। ਤਾਂ ਜਿਹੜੀ ਇਹਦੀ ਗਰਿੱਲ ਆ, ਇਹ ਵੀ ਨਾਲ ਦੀ ਆ, ਸਭ ਕੁਝ ਨਾਲ ਦਾ, ਕੁਛ ਵੀ ਇੱਕ ਪਾਰਟ ਇਹਦਾ ਗੱਡੀ ਦਾ ਚੇਂਜ ਨਹੀਂ। ਇਹਦੇ ਨਾਲ ਦੀ 1-2-3 ਆਪਾਂ ਗੱਲ ਕਰੇ, ਹੁਣ ਤਾਂ ਕਿਹਦੇ ਘਰੇ ਖੜੀ ਦੇਖ ਲਈ ਹੋਊਗੀ, ਹੁਣ ਤਾਂ ਹੀ ਪੰਜਾਬ 'ਚ ਗੱਲ ਕਰਦੇ, ਬਾਹਰ ਤਾਂ ਸ਼ਾਇਦ ਕਿਸੇ ਕੋਲ ਖੜੀ ਹੋਵੇ। ਨਹੀਂ, ਇਹਦੇ ਨਾਲ ਦੀ ਸਾਫ਼ ਸੁਥਰੀ ਆ, ਹਾਂ, ਇਹ ਸਾਡੇ ਸ਼ਹਿਰ 'ਚ ਹੀ ਤੁਹਾਨੂੰ ਮਿਲਣੀ ਹੈ ਭਾਈ, ਸਾਡੇ ਸ਼ਹਿਰ 'ਚ ਹੈਗੇ ਆ। ਸ਼ਹਿਰ 'ਚ ਇਹੋ ਜਿਹੀ ਕਿਹੜੀ ਗੱਲ ਆ ਭਾਅ ਜੀ, ਇਹ ਜਿੱਦਾਂ ਸ਼ੁਰੂ ਤੋਂ ਸਾਡੀ ਫੈਮਿਲੀ ਦੇ ਵਿੱਚ ਹੀ ਆ, ਰੱਖੀਆਂ ਹੋਈਆਂ, ਸ਼ੁਰੂ ਤੋਂ ਮੇਨਟੇਨ ਕੀਤੀਆਂ ਹੋਈਆਂ। ਇਹ ਗ੍ਰਹਿ 'ਚ ਹੈਗੀਆਂ ਆਪਣੇ 3-4 ਫੈਮਿਲੀਜ਼ ਆ, ਉਹਨਾਂ ਕੋਲ ਗੱਡੀਆਂ ਹੈਗੀਆਂ, ਤੁਹਾਨੂੰ ਮੈਂ ਬਣਾਊਂਗਾ ਵੀ, ਮੇਰੇ ਫਰੈਂਡ ਵੀ ਹੈਗੇ। ਹਾਂਜੀ ਸਰ, ਪੁਰਾਣੀਆਂ ਫੈਕਟਰੀਆਂ ਸਾਡੀਆਂ ਜਿਹੜੀਆਂ ਹੈਗੀਆਂ ਸੀ। ਵੈਸੇ ਭਾਈ, ਉਰੇ ਆਪਣੀ ਫੈਮਿਲੀ 'ਚ ਕਿਹੜੀਆਂ ਕਿਹੜੀਆਂ ਕਾਰਾਂ ਹੈਗੀਆਂ ਨੇ ਜਿਹੜੀਆਂ ਇੱਥੇ ਨਹੀਂ ਖੜੀਆਂ? ਭਾਅ ਜੀ, ਮੇਰੇ ਕੋਲ ਹੁਣ ਇੱਥੇ ਜਿਹੜੀਆਂ W115A ਤੋਂ ਵੀ ਪੁਰਾਣਾ ਜਿਹੜਾ 76-73 ਮਾਡਲ ਆ, ਉਹ ਵੀ ਖੜੀ ਆ, ਉਹ ਤਿਆਰ ਹੋਣੀਆਂ, ਤੁਹਾਨੂੰ ਦੱਸਿਆ ਸੀਗਾ। ਅਤੇ ਬਾਕੀ ਮੈਂ ਜਿਹੜੀ ਰੈਗੂਲਰ ਡਰਾਈਵ ਆ, ਉਹ ਮੇਰੀ ਈ ਕਲਾਸ ਹੈਗੀ ਆ ਬਾਹਰ, ਇੱਕ ਮੇਰੇ ਕੋਲ X5 ਆ। ਜਿਵੇਂ ਵਿੱਕੀ ਉਰੇ ਆ, ਇਹ ਚੱਲਦੀਆਂ ਜਿੱਦਾਂ ਸ਼ੌਂਕੀ ਆ ਆਪਣੀਆਂ, ਜਿੱਦਾਂ ਹਫ਼ਤੇ 'ਚ 1-2 ਗੇੜੇ ਸੀ, ਮਤਲਬ ਰਨਿੰਗ ਲਈ ਅਸੀਂ ਮਾਰਨੇ ਇਹਨਾਂ ਨੂੰ, ਉਹ ਜਿਹੜੀਆਂ ਰੈਗੂਲਰ ਜਿਹੜੀਆਂ ਚੱਲਣੀਆਂ, ਉਹ ਦੂਜੀ ਚੱਲਦੀਆਂ, ਉਹ ਲਗਾਤਾਰ ਚੱਲਦੀ ਆ ਰਨਿੰਗ ਆ ਟੋਟਲੀ। ਮੇਨਟੇਨੈਂਸ ਕਿੰਨੀ ਕੁ ਭਾਲਦੀਆਂ ਨੇ ਮੰਨ ਲਓ ਇਹ ਹੁਣ ਤਾਈਂ? ਭਾਅ ਜੀ, ਮੇਨਟੇਨੈਂਸ ਇਹਨਾਂ ਦਾ ਇੱਦਾਂ ਜੀ, ਜੇ ਤਾਂ ਪਿਆਰ ਨਾਲ ਚਲਾਈ ਜਾਂਦੇ ਹਾਂ ਆਪਾਂ, ਫਿਰ ਤਾਂ ਆਪਾਂ ਇਕੱਲਾ ਇਹਦਾ ਤੇਲ ਪਾਣੀ ਬਦਲਣਾ, ਉਹਦਾ ਖਰਚਾ ਬਹੁਤਾ ਨਹੀਂ ਹੈਗਾ? ਨਹੀਂ, ਕੋਈ ਜ਼ਿਆਦਾ ਖਰਚਾ ਨਹੀਂ ਹੈਗਾ, ਹੁਣ ਵਾਲੀਆਂ ਦਾ ਉਹਨਾਂ ਦਾ ਇੰਨਾ ਕੀ, ਉਹ ਤੋਂ ਵੀ ਘੱਟ ਹੀ ਹੋਜੂਗਾ, ਜ਼ਿਆਦਾ ਨਹੀਂ ਹੁੰਦਾ, ਉਹ ਤੋਂ ਜ਼ਿਆਦਾ ਨਹੀਂ ਹੁੰਦਾ, ਕਿਉਂਕਿ ਪੈਟਰੋਲ ਗੱਡੀ ਇੰਨੀ ਜ਼ਿਆਦਾ ਮੇਨਟੇਨੈਂਸ ਮੰਗਦੀ। ਵੈਸੇ 4 ਸਿਲੰਡਰ, ਇਹ 4 ਸਿਲੰਡਰ ਦੀ ਹੈ, ਇਹਦਾ ਆਪਾਂ ਬੋਨਟ ਖੋਲ ਕੇ ਦਿਖਾਈਏ? ਹਾਂਜੀ ਪਲੀਜ਼, ਮੈਂ ਖੋਲਦਾ। ਵੈਸੇ ਜਦੋਂ ਇਹਦਾ ਬੋਨਟ ਇਸ ਪਾਸੇ ਖੋਲਦਾ ਕਿ ਨਹੀਂ? ਇਹਦਾ ਪਰਲੇ ਪਾਸੇ ਹੋ ਜੀ, ਕਨੈਕਟਰ ਸਾਈਡ ਤੋਂ ਖੋਲਣਾ ਹੈ, ਪਰਲੇ ਪਾਸੇ ਹੋ ਜੀ, ਪਰਲੇ ਪਾਸੇ। ਜਿਵੇਂ ਵਿੱਕੀ ਆਹ ਦਿਖਾਈ ਕਿ ਜਿਵੇਂ ਆਪਣਾ ਇੰਡੀਅਨ ਕਾਰ ਆ, ਜਿਹੜੀ ਇੰਡੀਅਨ ਮੇਡ ਆ, ਉਹਦਾ ਡਰਾਈਵਰ ਸਾਈਡ ਤੋਂ ਖੋਲਦਾ, ਹੁਣ ਇਹ ਹੈਗੀ ਇਹ ਇੰਪੋਰਟਡ ਆ, ਹੈ ਇਹ ਇੰਪੋਰਟ ਹੋਈ ਆ ਜਰਮਨ ਤੋਂ ਸਿੱਧੀ, ਇਹ ਜਰਮਨ ਤੋਂ ਆਈ ਸੀ ਆਰਡਰ ਤੇ। ਮੈਂ ਤੁਹਾਨੂੰ ਇਹਦਾ ਦਿਖਾਉਣਾ, ਆਹ ਮੇਰੇ ਕੋਲ ਇਹਦੇ ਜਿੱਦਾਂ ਡਾਟਾ ਕਾਰਡ ਅਸੀਂ ਕਢਾਈਦੇ ਹੁੰਦੇ ਆ, ਅਤੇ ਆਪਣਾ ਅੱਜ ਦਾ 200 ਆ, ਚੈਸੀ ਨੰਬਰ ਇਹ ਆ। ਇਹ ਡਿਲੀਵਰੀ ਡੇਟ 1983 ਡਿਲੀਵਰ ਹੋਈ ਸੀ, ਆਰਡਰ ਇੰਡੀਆ ਤੋਂ ਹੀ ਗਿਆ ਸੀ, ਇਹਦਾ ਇੰਡੀਅਨ ਬੰਦੇ ਨੇ ਆਰਡਰ ਦੇ ਕੇ ਮੰਗਾਈ ਸੀ ਗੱਡੀ। ਅੱਛਾ, ਇਹ ਉਹ ਨਹੀਂ ਹੈਗੀ ਕਿ ਜਿੱਦਾਂ ਵੈਸੇ ਦੀ ਕਾਰ ਆ ਗਈ ਜਾਂ ਤੁਸੀਂ STC ਤੋਂ ਤੁਸੀਂ ਸੈਕਿੰਡ ਹੈਂਡ, ਅੱਗੇ ਰੂਲ ਹੁੰਦਾ ਜਿੱਦਾਂ 10 ਸਾਲ ਪੁਰਾਣੀ ਗੱਡੀ ਇੰਪੋਰਟ ਹੁੰਦੀ ਸੀਗੀ, ਇਹ ਇੰਡੀਆ ਤੋਂ ਹੀ 1983 'ਚ ਆਰਡਰ ਕਰਕੇ ਮੰਗਾਈ ਸੀ ਬੰਦੇ। ਸਾਰਾ ਕਾਰ ਸਾਰੇ ਦਿਨ ਟੋਟਲੀ ਭਾਅ ਜੀ ਤੁਹਾਡੇ ਸਾਹਮਣੇ ਆ। ਨਾਲੇ ਭਾਅ ਜੀ ਇੱਕ ਚੀਜ਼ ਆ, ਆਹ ਜਿਹੜੇ ਆਹ ਨੇ ਨਾ, ਜਦੋਂ ਬੰਦਾ ਆਪਾਂ ਸਰਵਿਸਿੰਗ ਕਰਾਉਂਦੇ ਹਾਂ, ਖਾਸ ਕਰਕੇ ਸਾਡੇ ਮਿਸਤਰੀ ਉਹ ਭੰਨ ਦਿੰਦੇ ਨੇ ਹਾਲੀਆਂ। ਹਾਂਜੀ ਹਾਂਜੀ, ਘੱਸ ਜਾਂਦੇ ਇਹ, ਘੱਸ ਜਾਂਦੀਆਂ, ਜਾਂ ਕਿ ਜਾਂ ਤਾਂ ਲੱਭਣਾ ਨਹੀਂ, ਉਹ ਜੇ ਲੱਭਿਆ ਵੀ ਤਾਂ ਬਸ ਨਾਮੋ ਨਿਸ਼ਾਨ ਜਿਹਾ ਲੱਭਦਾ ਹੁੰਦਾ, ਬਾਬਾ ਹਲਕਾ ਫੁਲਕਾ ਪਤਾ ਲੱਗੂਗਾ, ਸਟicker ਲੱਗਾ ਹੋਣਾ। ਠੀਕ ਹੈ, ਸਾਰੇ ਲੱਗੇ ਪਏ ਨੇ ਬਦਲੀ, ਇਹ ਬਦਲੀ ਕੀਤੇ ਕਿ ਉਹੀ ਆ? ਨਹੀਂ, ਇਹ ਨਾਲ ਦੀ ਹੈ ਭਾਅ ਜੀ, ਨਾਲ ਦੇ। ਹਾਂ, ਪੈਟਰੋਲ ਗੱਡੀ ਦਾ ਇਹੀ ਫਾਇਦਾ ਨਾ, ਚੱਲੀਆਂ ਘੱਟ ਹੁੰਦੀਆਂ, ਇਹਨਾਂ ਦਾ ਕੋਈ ਜ਼ਿਆਦਾ ਘਸਾਈ ਨਹੀਂ ਹੋਈ ਹੁੰਦੀ ਬਈ। ਇਹ ਉਦਾਂ ਕਿਲੋਮੀਟਰ ਦੇ ਹਿਸਾਬ ਨਾਲ ਮੀਟਰ 'ਤੇ ਕਿੰਨੀ ਚੱਲੀ ਹੋਊਗੀ ਹੁਣ ਤਾਈਂ? ਭਾਅ ਜੀ, ਇਹ ਮੇਰੀ ਚੱਲੀ ਹੈਗੀ ਹੈ ਜੀ 82,000, ਹਾਲੇ ਤਾਂ 82 ਚੱਲੀ ਆ। ਹਾਂਜੀ, 43 ਸਾਲ ਹੋ ਗਏ, 82 ਚੱਲੀ। ਨਹੀਂ, ਦੂਜੀਆਂ ਮੇਰੀਆਂ ਹੁਣ ਗੱਡੀਆਂ ਚੱਲਦੀਆਂ, ਇਹ ਤਾਂ ਚਲੋ ਹੁਣ ਤਾਂ ਸ਼ੌਂਕੇ ਰਹਿ ਗਈਆਂ। ਮਤਲਬ ਵਿੱਕੀ ਉਰੇ ਆ ਕੇ ਦਿਖਾਈ ਕਿ ਆਹ ਚੀਜ਼ਾਂ ਤੋਂ ਪਤਾ ਲੱਗਦਾ, ਇੱਧਰ ਦੇਖ ਸਾਰਾ ਕਾਸਾ ਰਿਜਨਲ ਆ, ਬ੍ਰੇਕ ਬੂਸਟਰ ਚੈੱਕ ਕਰ ਜੱਟਾ ਹੈ,
ਕੀ ਨਾਲ ਦਾ ਹੀ ਆ? ਨਾਲ ਦਾ ਭਾਜੀ, ਨਾਲ ਦਾ ਸਭ ਕੁਝ, ਨਾਲ ਦਾ ਕੁਝ ਵੀ ਇਹਦੇ ਚ ਆਲਟਰੇਸ਼ਨ ਨਹੀਂ ਹੈਗੀ। ਕੋਈ ਇੰਜਣ ਦੇ ਪੈਰ ਨਹੀਂ ਛੜੇ ਮੁੜ ਕੇ, ਹਲੇ ਏਸੀ ਵੀ ਕੰਪਨੀ ਦਾ ਪਹਿਲਾਂ ਹੀ ਹੈ ਜੀ। ਕੋਈ ਵੀ ਚੀਜ਼ ਦਾ ਕਾਰਬੋਰੇਟਰ ਹੈ, ਸਭ ਕੁਝ ਪਹਿਲਾਂ ਹੀ, ਕੁਛ ਇਹਦਾ ਚੇਂਜ ਨਹੀਂ ਹੈਗਾ। ਪ੍ਰੋਪੈਲਰ, ਪ੍ਰੋਪੂਲਰ ਸਭ ਕੁਝ ਨਾਲ ਦਾ ਹੀ ਹੈ ਜੀ, ਈਚ ਐਂਡ ਐਵਰੀਥਿੰਗ। ਬਾਈ ਇੱਕ ਤਾਂ ਜੀ ਅੰਦਰ ਆ ਜੀ, ਜਦੋਂ ਨਾ ਮੈਂ ਇੱਕ ਚੀਜ਼ ਦੇਖਦਾ, ਜਿਹੜੀ ਗਾਣੇ ਗੁਣੇ 'ਚ ਆਪਾਂ ਗੱਡੀਆਂ ਦਿੰਦੇ ਹਾਂ, ਖਾਸ ਕਰਕੇ ਜਿੰਨੇ ਪੰਜਾਬ 'ਚ ਜਾਂ ਇੰਡੀਆ 'ਚ ਹੈਗੀਆਂ, ਬਾਹਰੋਂ ਸੋਹਣੀਆਂ ਲੱਗਦੀਆਂ। ਉਹ ਭਾਜੀ ਤੁਸੀਂ ਮੇਰੇ ਨਾਲ ਜ਼ਿਆਦਾ ਤੁਸੀਂ ਦੇਖੀ ਹੋਈ ਚੀਜ਼, ਅੰਦਰੋਂ ਨਹੀਂ ਇੰਨੀਆਂ ਮੇਨਟੇਨਡ ਕਾਰਾਂ ਹੁੰਦੀਆਂ ਨੇ ਹੈ ਉਹ ਭਾਜੀ। ਉਹ ਜਿੱਦਾਂ ਹੁਣ ਜਦੋਂ ਗੱਡੀਆਂ ਜਿਹੜੀ ਜ਼ਿਆਦਾ ਚੱਲੀ ਹੋਊਗੀ, ਉਹ ਓਬਵੀਅਸਲੀ ਆ, ਉਹਦੇ ਕਸਾਈ ਤਾਂ ਹੋਣੀ ਆ। ਹੁਣ ਉਹਨੂੰ ਮੇਨਟੇਨ ਕਰਨਾ ਤੁਹਾਡੀ ਰਿਸਪੋਂਸਿਬਿਲਿਟੀ ਆ। ਜੇ ਆਪਾਂ ਮੇਨਟੇਨ ਕਰਾਂਗੇ ਤਾਂ ਚੀਜ਼ ਕਿੱਦਾਂ ਚੱਲ ਜੂਗੀ? ਤੇ ਉਹ ਵੀ ਕੀ ਪਿੱਛੇ ਘੁੰਮ ਕੇ ਆ ਸੋਹਣਿਆ ਜੀ ਬਾਈ, ਆਪਾਂ ਆਹ ਖੜੇ, ਆਹ ਕੀ ਚੀਜ਼ ਆ? ਇਹ ਭਾਜੀ ਹੈਂਡ ਬ੍ਰੇਕ ਹੈ ਇਹਦੀ। ਅੱਛਾ, ਇਹ ਹੈਂਡ ਬ੍ਰੇਕ, ਇਹ ਹੈਂਡ ਬ੍ਰੇਕ ਹੈ। ਇਹਨੂੰ ਜਿੱਦਾਂ ਆਪਾਂ ਇੱਦਾਂ ਘੁਮਾਉਂਗੇ, ਆਹ ਰਿਲੀਜ਼ ਹੋ ਗਈ। ਅੱਛਾ, ਇਹਨੂੰ ਖਿੱਚ ਦਿਓ, ਹੈਂਡ ਬ੍ਰੇਕ ਲੱਗ ਗਈ। ਜਿਵੇਂ ਜਿਵੇਂ ਜਿਹੜੀਆਂ ਉੱਧਰ ਖੜੀਆਂ ਨੇ, ਮੈਨੂੰ ਲੱਗਦਾ ਉਹਨਾਂ ਦੀਆਂ ਪੈਡਲਾਂ ਦੇ ਕੋਲ, ਉਹਨਾਂ ਦੀ ਪੈਡਲ ਕੋਲ ਹੁੰਦੀ ਆ, ਇਹਦੇ ਇੱਥੇ ਹੱਥ 'ਚ ਹੁੰਦੀ ਸੀਗੀ। ਤਾਂ ਮੀਟਰ ਮੂਟਰ ਸਭ ਕੁਝ ਇਹਦਾ ਵਰਕਿੰਗ? ਟੋਟਲੀ ਟੋਟਲੀ ਵਰਕਿੰਗ, ਕੱਲੀ ਕੱਲੀ ਚੀਜ਼ ਵਰਕਿੰਗ। ਇਹ ਮੈਨੂਅਲ ਆ? ਇਹ ਮੈਨੂਅਲ ਆ, ਮੇਰੀਆਂ ਲਗਭਗ ਸਾਰੀਆਂ ਮੈਨੂਅਲ ਆ। ਸਵਾਦ ਕਾਹਦਾ? ਮੈਨੂਅਲ ਦਾ, ਮੈਨੂਅਲ ਦਾ, ਮੈਨੂਅਲ ਦਾ। ਆਟੋਮੈਟਿਕ ਦਾ ਚਲਾ, ਉਹ ਤਾਂ ਚਲੋ ਨਵੀਆਂ ਗੱਡੀਆਂ ਜਿਹਨਾਂ ਦੀ ਟੈਕਨੋਲੋਜੀ ਵਧੀਆ ਹੋ ਗਈ ਆ, ਨੱਟਦੀਆਂ ਜ਼ਿਆਦਾ ਆ, ਉਹਨਾਂ 'ਚ ਆਟੋਮੈਟਿਕ ਚੱਲ ਜਾਂਦਾ, ਇਹਨਾਂ 'ਚ ਆਟੋਮੈਟਿਕ ਦਾ ਉਨਾ ਮਜ਼ਾ ਨਹੀਂ ਆਉਂਦਾ। ਜਿਹਨਾਂ ਕੋਲ 9, 10, 11, 12 ਮਾਡਲ ਵੀ ਹੈਗੀਆਂ, ਹਾਂਜੀ, ਸੀਟਾਂ ਉਹਨਾਂ ਦੀ ਵੀ ਇੰਨੀਆਂ ਸਾਫ਼ ਨਹੀਂ ਹੈਗੀਆਂ। ਇਹ ਆਪਣੀ ਮੇਨਟੇਨੈਂਸ ਹੈ ਭਾਜੀ, ਸਿਰਫ ਸਾਰੀ ਗੱਲ ਆਪਣੀ ਮੇਨਟੇਨੈਂਸ 'ਤੇ ਆ ਜਾਂਦੀ ਆ। ਜਿਵੇਂ ਬਾਈ ਇਹ ਹੈਗੀ ਆ, ਇਹਦੇ ਪਿਛਲੀ ਸੀਟਾਂ ਉਹ ਵਾਲੀਆਂ ਜਿਹਦੇ ਵਿੱਚ ਉਹ ਲੱਗੇ ਹੋਏ ਨੇ ਸਪਰਿੰਗ ਟਾਈਪ ਕੁਛ। ਤੁਸੀਂ ਮੋਹਰੇ ਬਹਿ ਕੇ ਦੇਖੋ ਜਰਾ, ਹੈ ਮੋਹਰੇ ਬਹਿ ਕੇ ਦੇਖ ਲਓ, ਮੋਹਰੇ ਵੀ ਹੈਗਾ ਇਹਦੇ ਤਾਂ, ਤੁਸੀਂ ਬੈਠੋ ਤਾਂ ਸਹੀ। ਹਾਂ ਇਹ ਤਾਂ ਮੋਹਰੇ ਵੀ ਹੈਗੇ ਹੈ ਸਾਰੀ, ਇਹ ਕੰਪਲੀਟ ਗੱਡੀ ਹੈ, ਜਿਹੜਾ ਸਪਰਿੰਗ ਪੈਡਡ ਹੀ ਹੁੰਦੀ ਹੈ। ਹਾਂਜੀ, ਲੈ ਭਾਈ ਇਹਦੇ ਵਿੱਚ ਤਾਂ ਆਹ ਇੱਕ ਹੈ, ਇੱਕ ਸੱਚ ਚੇਤੇ ਆ ਗਿਆ ਬਾਈ, ਜਿਨ੍ਹਾਂ ਕੋਲ ਆਹ ਹੈਗੀ ਖਾਸ ਕਰਕੇ, ਹਾਂਜੀ, ਆ ਇਹਨੂੰ ਇਹਨੂੰ ਲਾਏ ਬਿੱਲ ਜਿਹੜੇ ਨੇ ਇਹ ਕੰਪਨੀ ਤੋਂ ਐਵੇਂ ਆਏ ਨੇ? ਉਦਾਂ ਕੰਪਨੀ ਵੱਲੋਂ ਜੀ। ਤੇ ਇਹਦੇ ਕੱਪ ਕਿੱਥੇ ਨੇ ਫਿਰ? ਇਹ ਭਾਜੀ ਅਲੋਏ ਵੀਲ ਵਾਲਾ ਮਾਡਲ ਆ। ਅੱਛਾ, ਵੈਸੇ ਬੇਸਿਕਲੀ ਮੈਂ ਇਹਦੇ ਸਟੀਲ ਰਿਮ ਲੈ ਕੇ ਵੀਲ ਕੱਪ ਵੀ ਰੱਖੇ ਹੋ ਆ, ਜਦੋਂ ਮਨ ਕਰਦਾ ਇਹ ਉਹ ਪਾ ਲਈ ਤੇ ਜਦੋਂ ਮਨ ਕੀਤਾ ਇਹ ਪਾ ਲਈ। ਹਾਂ ਉਹ ਅਲੱਗ ਲੁੱਕ ਆ, ਇਹਨਾਂ ਥੋੜੀ ਜਿਹਾ ਬਲਕੀ ਲੁੱਕ ਆ ਜਾਂਦੀ ਆ, ਉਹਦੇ ਨਾਲ ਜਦੋਂ ਆਪਣੀ ਸੋਫਿਸਟੀਕੇਟਡ ਜੀ ਲੁੱਕ ਆ ਜਾਂਦੀ। ਪਰ ਉਹ ਮਹਿੰਗੇ ਵਾਲੇ ਆਉਂਦੇ ਨੇ ਇਹ ਭਾਜੀ। ਹੁਣ ਜੇ ਬਾਹਰੋਂ ਆਪਾਂ ਮੰਗਾਉਂਦੇ ਹਾਂ, ਚਲੋ ਰੇਟ ਉਹਨਾਂ ਦਾ, ਇਹਨਾਂ ਦੀ ਚੀਜ਼ਾਂ ਦਾ ਰੇਟ ਨਹੀਂ ਹੈਗਾ, ਜਿਹਦੇ ਕੋਲ ਜੋ ਪਿਆ ਉਹ ਆਪਣੇ ਮਨਪਸੰਦ ਦਾ ਮੰਗ ਲੈਂਦਾ, ਮਰਜ਼ੀ ਆ। ਹੁਣ ਅਸੀਂ ਜਿੱਦਾਂ ਮੈਂ ਈਬੇ ਵਗੈਰਾ ਤੇ ਦੇਖਦਾ ਹੁੰਦਾ ਜਾਂ ਕਈ ਵਾਰੀ ਕਿਤੇ ਬਾਹਰੋਂ ਮੰਗਾਈਦਾ, ਤੇ 800-900 ਪਾਉਂਡ ਦੇ ਹੁਣ ਲੋਕਾਂ ਨੇ ਲਾਇਆ। ਜਿਹਦੇ ਕੋਲੇ ਪਈ ਆ ਭਾਈ, ਉਹ ਬੰਦਾ ਉਸ ਟਾਈਮ ਰੱਬ ਆ ਬਾਜੀ। ਜੇ ਤੁਹਾਨੂੰ ਲੋਡ ਪੈ ਗਈ ਨਾ, ਤੁਹਾਨੂੰ ਮੰਗਣਾ ਹੀ ਪੈਣਾ ਜਾ ਕੇ। ਇਹ ਤਾਂ ਸ਼ੀਸ਼ੇ ਜਿਹੜੇ ਨੇ ਮੇਰੇ, ਸਾਈਡ ਸਾਈਡ ਮਿਰਰਸ ਨੇ ਜਿਹੜੇ? ਹਾਂਜੀ, ਇਹ ਇਲੈਕਟ੍ਰੋਨਿਕ ਨਹੀਂ, ਇਹ ਤੇ ਮੈਨੂਅਲ ਹੈ। ਮੈਨੂਅਲ ਆ? ਇਲੈਕਟ੍ਰੋਨਿਕ ਵੀ ਆਉਂਦੇ ਸੀ, ਇਹ ਤੇ ਮੈਨੂਅਲ ਆ। ਤੇ ਆ ਵੀ ਤੁਸੀਂ ਗਲਾਸ ਦੇਖੋਗੇ ਤਾਂ ਬਲੂ ਕਲਰ ਦਾ, ਬਲੂ ਕਲਰ ਦਾ ਆ। ਇਹ ਕੰਪਨੀ ਵੱਲੋਂ ਹੀ ਆ, ਇਹਦਾ ਡੇ ਐਂਡ ਨਾਈਟ ਜਿਹੜਾ ਪਿਛਲੋਂ ਰਿਫਲੈਕਸ਼ਨ ਦੀ ਅੱਖਾਂ ਹੀ ਨਹੀਂ ਪੈਂਦੀ, ਆਟੋ ਡਿਮ ਨਹੀਂ ਹੁੰਦੇ ਇਹਨਾਂ 'ਚ, ਉਦਾਂ ਹੀ ਰਿਫਲੈਕਸ਼ਨ ਪੈਣੀ ਨਹੀਂ ਤੁਹਾਨੂੰ ਕਿ ਬਣੇ ਐਵੇਂ ਹੋਏ ਨੇ ਇਹ, ਬਣੇ ਇੱਦਾਂ ਬਲੂ ਗਲਾਸ, ਸਾਰੀ ਗੱਡੀਆਂ ਦੇ ਬਲੂ ਹੁੰਦੇ ਮਰਸੀਡੀਜ਼ ਦੇ। ਉਹ ਜਿਵੇਂ ਆਪਾਂ ਕੋਈ ਵੀ ਕਿਸੇ ਵੀ ਗੱਡੀ ਦੀ ਮਤਾਕੀ ਨੂੰ ਹੱਥ ਪਾ ਕੇ ਦੇਖਿਆ ਨਾ, ਕੋਈ ਚੂਹ ਚਾਹ ਦੀ ਆਵਾਜ਼ ਨਹੀਂ। ਨਹੀਂ ਨਹੀਂ ਨਹੀਂ, ਉਹ ਚੀਜ਼ ਆਪਾਂ ਰੱਖੀ ਨਹੀਂ ਹਾਲੇ ਤੱਕ। ਈਵਨ ਕਿ ਸਾਰਾ ਟੋਟਲੀ ਫਸਟ ਏਡ ਕਿੱਟ ਵੀ ਪਈ ਹੈ ਇਹਦੇ ਵਿੱਚ। ਅੱਛਾ, ਆ ਸਾਰੀ ਗੱਡੀ ਤੁਸੀਂ ਦੇਖ ਲਓ, ਓਰੀਜਨਲ ਹੈ ਜੀ। ਡਿੱਗੀ ਖੋਲੀਏ? ਹਾਂਜੀ ਹਾਂਜੀ, ਵਿੱਕੀ ਆਵਾਜ਼ ਸੁਣੀ ਡਿੱਗੀ ਦੀ? ਐਂ ਆ ਜਿਵੇਂ ਨਵੀਂ ਕਾਰ ਦੀ ਖੋਲਦੀ ਆਪਾਂ, ਉਹਦੀ ਵੀ ਇਹਨੇ ਪਿਆਰ ਨਾਲ ਨਹੀਂ ਖੋਲਦੀ ਹੈ, ਸਾਰਾ ਕੁਝ ਨਾਲ ਦਾ, ਟੋਟਲੀ ਨਾਲ ਦਾ ਜੀ। ਵਿੱਕੀ ਆਹ ਦੇਖ, ਨਾਲ ਦੇ ਲੱਗੇ ਪਏ ਨੇ ਭਾਈ ਸਾਰਾ ਕੁਝ। ਮੈਨੂੰ ਅਸੀਂ ਤਾਂ ਕਵਰ ਵੀ ਨਹੀਂ ਪਾਈਦਾ, ਮੈਂ ਤਾਂ ਚੱਦਰਾਂ ਸੀ ਕੇ ਰੱਖੀਆਂ ਗੱਡੀ ਢਕਣੀ, ਤੇ ਚੱਦਰ ਨਾ ਢਕਣੀ, ਕਵਰ ਨਾ ਸਕ੍ਰੈਚ ਪੈ ਜਾਂਦੇ, ਸਕ੍ਰੈਚ ਪੈਂਦੇ ਨੇ ਇਹ। ਹੁਣ ਇਹਦਾ ਤੁਸੀਂ ਦੇਖੋਗੇ ਥੱਲੇ, ਈਵਨ ਕਿ ਹੱਲੇ ਆਹ ਮਰਸੀਡੀਜ਼ ਓਰੀਜਨਲ ਟੂਲ ਕਿੱਟ ਵੀ ਵਿੱਚ ਹੀ ਪਈ ਆ। ਅੱਛਾ, ਆ ਸਪੇਅਰ ਵੀਲ ਇਹਦੇ ਉਹ ਅਲਟਾ ਆਹ ਵੀਲ ਪਿਆ ਹੋਇਆ, ਆ ਜੈਕ ਹੈਗਾ ਜੀ ਇਹਦਾ, ਆ ਸਪੇਅਰ ਵੀਲ ਆ ਗਿਆ ਆਪਣਾ। ਅੱਛਾ, ਇਹ ਨਾਲ ਦਾ ਹੀ ਆ ਭਾਈ ਸਭ ਕੁਝ? ਨਾਲ ਦਾ ਜੀ, ਕੁਝ ਵੀ ਚੇਂਜ ਨਹੀਂ ਹੈਗਾ, ਕਿਤੋਂ ਕੋਈ ਗਲੀ ਨਹੀਂ, ਕੋਈ ਲਾਈਟਾਂ ਵੀ ਨਾਲ ਦੀਆਂ, ਸਭ ਕੁਝ ਜੀ, ਸਭ ਕੁਝ ਨਾਲ ਦਾ। ਇਹ ਲਾਈਟਾਂ ਮਗਾ ਮਗੂ ਕੇ ਰੱਖੀਆਂ ਨੇ ਇਹਦੇ ਨਾਲ ਦੀਆਂ ਕਿ ਨਹੀਂ? ਕਿਤੋਂ ਮੈਂ ਆਪਣੇ ਕੋਲ ਸਪੇਅਰ ਸੈੱਟ ਰੱਖਦਾ, ਮੇਰੇ ਕੋਲ ਅਗਲੀਆਂ ਪਿਛਲੀਆਂ ਲਾਈਟਾਂ ਸਪੇਅਰ ਸੈੱਟ ਪਿਆ। ਪਿਛਲੀਆਂ ਕਿੰਨੀਆਂ ਕਿਦੀਆਂ ਆਉਣਗੀਆਂ?
ਪਿਛਲੀਆਂ ਮੈਂ ਓਰੀਜਨਲ ਹੈਲਾ ਦੀਆਂ ਮੰਗਾਈਆਂ ਸੀਗੀਆਂ ਉਹ ਮੈਨੂੰ ਪਈਆਂ ਸੀ ਕੁਛ ਅਰਾਊਂਡ 45,000 ਦੀਆਂ ਜੀ ਕਸਟਮ ਵਗੈਰਾ ਪਾ ਕੇ ਹੈਲਾ ਦੀਆਂ ਹੈ। ਹਾਂਜੀ ਹਾਂਜੀ ਇਹ ਤਾਂ ਬਾਈ ਹੋ ਗਈ ਸਾਰੀ ਇਧਰ ਹੈ ਗੱਡੀ ਕੰਪਲੀਟ ਮੰਨ ਲਓ ਇੱਕ ਆਹ ਖੜੀ ਹੋ ਇਹ ਭਾਜੀ ਹੈਗੀ ਹੈ ਜੀ ਮੇਰੀ 96 ਮਾਡਲ ਆ ਇਹ ਸਾਨੂੰ ਬਣਾਉਣ ਵਾਲੀ ਗੱਡੀ ਇਹ ਹੈ ਭਾਈ। ਹਾਂਜੀ ਹਾਂਜੀ ਤੁਸੀਂ ਇਹਦੀ ਰੀਲ ਦੇਖੀ ਸੀ? ਹਾਂ ਇਹਦੀ ਰੀਲ ਦੇਖ ਕੇ ਮੈਂ ਬੜਾ ਮੈਸੇਜ ਕਰ ਰਿਹਾ ਮੈਂ ਕਿਹਾ ਬਈ ਯਾਰ ਬਾਈ ਸੱਚੀ ਗੱਲ ਦੱਸਾਂ ਹਾਂਜੀ ਬਹੁਤੇ ਲੋਕ ਕਰਦੇ ਨੇ ਮੈਨੂੰ ਮੈਸੇਜ ਅੱਛਾ ਜੀ ਅੱਛਾ ਫੋਨ ਕਰਦੇ ਹੁੰਦੇ ਬਈ ਵੀਡੀਓ ਕਰਨੀ ਆ ਦੱਸੋ। ਹਾਂਜੀ ਹਾਂਜੀ ਬਹੁਤ ਰੇਅਰ ਬੰਦੇ ਨੇ ਬਈ ਜਿਨ੍ਹਾਂ ਨੂੰ ਦੇਖ ਕੇ ਮੇਰਾ ਐ ਜੀ ਕਰਿਆ ਹੁੰਦਾ ਯਾਰ ਮੈਂ ਇਹਨਾਂ ਕੋਲ ਆਪ ਜਾ ਕੇ ਆ। ਨਹੀਂ ਨਹੀਂ ਉਹ ਹੁੰਦਾ ਭਾਜੀ ਹੁਣ ਚੀਜ਼ ਮੇਨਟੇਨ ਆਪਾਂ ਕਿਸ ਚੀਜ਼ ਦੇਖਦੇ ਆਪਾਂ ਨੂੰ ਉਹਨੂੰ ਐਪਰੀਸ਼ੀਏਟ ਕਰਦੇ ਦੂਜੇ ਨੂੰ ਵੀ ਚੰਗਾ ਲੱਗਦਾ ਤੇ ਆਪ ਨੂੰ ਵੀ ਚੰਗਾ ਲੱਗਦਾ ਮੱਲੋ ਮੱਲੀ ਖਿੱਚ ਕੇ ਲਿਆਉਂਦੀਆਂ ਨੇ। ਬਿਲਕੁਲ ਜੀ ਬਿਲਕੁਲ ਇਹ ਗੱਡੀ ਨੂੰ ਪੇਂਟ ਕਰਾਇਆ ਹੋਇਆ ਦੁਬਾਰਾ ਕਿ ਨਹੀਂ ਨਹੀਂ ਇਹ ਟੋਟਲੀ ਸਟਾਕ ਹੈ ਜੀ ਇਹ ਸਟਾਕ ਆ ਇਹ ਪੇਂਟ ਵੀ ਪਹਿਲਾਂ ਹੀ ਆ ਜੀ ਇਹ ਪਹਿਲਾ ਪੇਂਟ ਆ ਇਹਦਾ ਪਹਿਲਾਂ ਜੀ ਪਹਿਲਾਂ ਯਾਰ ਇਹਦਾ ਸਕਰੈਚ ਹੀ ਹੈ ਨਹੀਂ ਕੋਈ ਹੈ ਬਸ ਪੈਣੇ ਨਹੀਂ ਦੇਈਦੇ ਜੀ ਜਿਵੇਂ ਹੱਥ ਫੇਰ ਕੇ ਦੇਖਦੇ ਆ ਕਿਤੇ ਐ ਵੀ ਨਹੀਂ ਲੱਗਦਾ ਕਿ ਯਾਰ ਉਹ ਫੁਆਰ ਪਈ ਹੋਈ ਨਹੀਂ 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 ਕੁਝ ਨਹੀਂ ਹੈ ਕੁਝ ਨਹੀਂ ਜੀ ਪੇਂਟ ਨਹੀਂ ਕਿਸੇ ਪਾਸੇ ਤੇ ਇਹਦੀ ਸਰਵਿਸਿੰਗ ਕੌਣ ਕਰਦਾ ਫਿਰ ਮੈਂ ਭਾਜੀ ਆਪਣੀ ਗੱਡੀ ਦੀ ਆਪ ਹੀ ਕਰਦਾ ਜੀ ਪੈਟਰੋਲ ਦੀ ਇਹ ਵੀ 4 ਸਿਲੰਡਰ ਆ 220 ਪੈਟਰੋਲ ਆ ਹਾਂਜੀ ਪੈਟਰੋਲ ਆ ਇਹ ਸਿਲੰਡਰ ਕਿੰਨੇ ਹੋਣਗੇ ਇਹ 4 ਸਿਲੰਡਰ ਹੁੰਦੀ ਆ 4 ਸਿਲੰਡਰ ਹੁੰਦੀ ਆ ਇਹਦਾ ਮੈਂ ਤੁਹਾਨੂੰ ਦਿਖਾਉਣਾ ਇੰਜਨ ਇਹ ਵੀ 4 ਸਿਲੰਡਰ ਆ ਇਹ ਪੈਟਰੋਲ ਦੇ ਵਿੱਚ ਆਉਂਦੀ ਆ ਇਹ ਅੱਛਾ ਨਾਲ ਲਾਈਟਾਂ ਲੂਟਾਂ ਸਾਰੀਆਂ ਇਹਦੇ ਵੀ ਨਾਲ ਸਭ ਕੁਝ ਨਾਲ ਦਾ ਇਹਨਾਂ 'ਚ ਮੇਰੀ ਕੁਛ ਇਹਨਾਂ ਦੇ ਵਿੱਚ ਚੇਂਜਸ ਹੈ ਹੀ ਨਹੀਂ ਇਹ ਚਲਾਈਆਂ ਕਿਹਨੇ ਨੇ ਉਦਾਂ ਜ਼ਿਆਦਾਤਰ ਅਸੀਂ ਚਲਾਈ ਦੀਆਂ ਇੱਕ ਮੇਰਾ ਬ੍ਰਦਰ ਆ ਮੇਨ ਤਾਂ ਬੇਸਿਕਲੀ ਆਹ ਗੱਡੀਆਂ ਮੇਰਾ ਬ੍ਰਦਰ ਚਲਾਉਂਦਾ ਦੋ ਉਹ ਹੁਣ ਚਲੇ ਗਿਆ ਅਮਰੀਕਾ ਤੇ ਤਾਂ ਕਰਕੇ ਤੇ ਖੜੀਆਂ ਨੇ ਤਾਂ ਉਹ ਟਿਕਣ ਨਹੀਂ ਦਿੰਦਾ ਗੱਡੀਆਂ ਨੂੰ ਨਹੀਂ ਵਾਕਈ ਬਹੁਤ ਸਾਫ਼ ਇੰਜਣ ਹੈ ਵੀਰੇ ਇਹ ਐਂ ਪਤਾ ਲੱਗਦਾ ਕਿ ਰੋਜ਼ ਹੀ ਕੋਈ ਨਾ ਕੋਈ ਗੱਡੀ ਨੂੰ ਕੱਢ ਕੇ ਐਂ ਕਰਦਾ ਅਸੀਂ ਚਲਾਉਣੀ ਵੀ ਆ ਸਾਫ਼ ਵੀ ਕਰਨੀ ਆ ਤਾਂ ਮੈਂ ਸਾਰਾ ਟੋਟਲੀ ਮੇਨਟੇਨਡ ਹੀ ਕੋਸ਼ਿਸ਼ ਕਰੀ ਦੀ ਕਿ ਮੇਨਟੇਨੈਂਸ ਆਪਣੀ ਰੱਖ ਸਕੀਏ ਪੂਰੀ ਆਪਣੀ ਵੈਸੇ ਇਹਦੀ ਮੇਨਟੇਨੈਂਸ ਕੋਸਟ ਕਿੰਨੀ ਕੁ ਆਉਂਦੀ ਜੇ ਆਪਾਂ ਬਾਹਰੋਂ ਕਰਾਉਣੀ ਹੋਵੇ ਮੰਨ ਲਓ ਇਹ ਭਾਜੀ ਬਾਹਰੋਂ ਇਹਨਾਂ ਦੇ ਤੁਸੀਂ ਲਾ ਲਓ ਇਹਨਾਂ ਦਾ ਬੇਸਿਕਲੀ ਜ਼ਿਆਦਾ ਕੋਈ ਚੇਂਜ ਹੋਣਾ ਨਹੀਂ ਇੱਕ ਤਾਂ ਆਇਲ ਫਿਲਟਰ ਹੋ ਗਿਆ ਤੇਲ ਪੈਣਾ ਤੇ ਹੱਦ ਤੋਂ ਹੱਦ ਆਪਣਾ ਮੈਂ 5-6,000 ਚ ਸਰਵਿਸ ਹੋ ਜਾਂਦੀ ਹੈ 5-6,000 ਚ ਹੋ ਜਾਂਦੀ ਆ ਨਾਲੇ ਵੇਖੀ ਆ ਦੇਖੋ ਆ ਹੱਥ ਫੇਰਦੇ ਆ ਆ ਜਮਾਂ ਸਾਫ਼ ਆ ਹੈ ਮਤਲਬ ਕਿ ਕੋਈ ਆਇਲ ਵਗੈਰਾ ਤੁਹਾਨੂੰ ਕਿਸੇ ਨਹੀਂ ਲੀਕੇਜ ਵਗੈਰਾ ਕੋਈ ਤਾਂ ਨਹੀਂ ਮਿਲੂਗੀ ਮਤਲਬ ਕੋਈ ਇੰਨੀ ਸਾਫ਼ ਗੱਡੀ ਮੈਨੂੰ ਲੱਗਦਾ ਸ਼ਾਇਦ ਕਿਸੇ ਕੋਈ ਇਹਦੇ ਨਾਲ ਦੀ ਖੜੀ ਹੋਊਗੀ ਹੈ ਨਹੀਂ ਹੋਣਗੀਆਂ ਚਲੋ ਆਪਾਂ ਕਿਸੇ ਨਾਲ ਕਰਦੇ ਨਹੀਂ ਚੈਲੰਜ ਹਾਂਜੀ ਚੈਲੰਜ ਵਾਲੀ ਗੱਲ ਤਾਂ ਨਹੀਂ ਹੈ ਹਾਂਜੀ ਹਾਂਜੀ ਆ ਜਿੱਦਾਂ ਹੁਣ ਇਹਦੇ ਵੀ ਆ ਸਟਿੱਕਰਸ ਵਗੈਰਾ ਇਹ ਹੋ ਗਏ ਉਹ ਕੂਲੈਂਟ ਦੀ ਬੋਤਲ ਤੇ ਲੱਗੇ ਉਹਨੇ ਬੈਜਿੰਗ ਵੀ ਨਾਲ ਦੀ ਹਾਂਜੀ ਇਹ ਜਿੱਦਾਂ ਇਹ ਸੀ ਜਿਹੜੇ ਟੈਲਕੋ ਨੂੰ ਮਾਡਲ ਕਹਿੰਦੇ ਆ ਆਪਾਂ ਇਹ ਟਾਟਾ ਨੇ ਮਰਸੀਡੀਜ਼ ਦੇ ਲਾਇਸੈਂਸ ਦੇ ਅੰਡਰ ਬਣਾਈ ਸੀ ਇੰਡੀਆ 'ਚ ਮੈਨੂਫੈਕਚਰ ਹੋਈਆਂ ਨੇ ਅਸੈਂਬਲ ਹੋਈ ਹੈ ਮੈਨੂਫੈਕਚਰ ਨਹੀਂ ਹੋਈਆਂ ਇਹ ਸਮਾਨ ਬਾਹਰੋਂ ਆਉਂਦਾ ਸੀ ਮੈਨੂਫੈਕਚਰ ਕਰੀ ਟਾਟਾ ਇਕੱਠੀ ਕਰਕੇ ਇੱਥੇ ਇੰਡੀਆ ਸੇਲ ਕਰਦਾ ਸੀ ਬਾਅਦ 'ਚ ਆਪਣੇ 98 ਦੇ ਵਿੱਚ ਮਰਸੀਡੀਜ਼ ਫਿਰ ਖੁਦ ਲਾਂਚ ਹੋ ਗਈ ਸੀਗੀ ਫਿਰ ਟਾਟਾ ਤੋਂ ਅਲੱਗ ਹੋ ਕੇ ਉਹਨੇ ਆਪਣਾ ਪਲਾਂਟ ਜਿਹੜਾ ਲਾ ਲਿਆ ਸੀ ਇਹ ਇੰਡੀਆ 'ਚ ਅਸੈਂਬਲ ਹੋਈ ਕਰ ਇਹ ਇੰਡੀਆ 'ਚ ਅਸੈਂਬਲ ਹੈ ਟੈਲਕੋ ਕਹਿੰਦੇ ਇਹਨੂੰ ਸਮਾਨ ਸਾਰਾ ਬਾਹਰਲਾ ਲੱਗਿਆ ਹੋਇਆ ਸਮਾਨ ਸਾਰਾ ਜਰਮਨੀ ਤੋਂ ਆਉਂਦਾ ਸੀ ਤੇ ਸਿਰਫ ਇੱਥੇ ਅਸੈਂਬਲ ਹੁੰਦੀ ਸੀ ਤੇ ਇਹਨੂੰ ਕੋਈ ਮਕੈਨੀਕਲੀ ਜਾਂ ਇਲੈਕਟ੍ਰੀਕਲੀ ਪ੍ਰੋਬਲਮ ਹੁਣ ਤਾਂ ਆਈ ਨਹੀਂ ਇਹਦਾ ਚਲਾਉਂਦੇ ਉਹਨੂੰ ਭਾਜੀ ਹਲੇ ਚੱਲੀ ਇਹ ਵੀ ਕੋਈ ਨਹੀਂ 70-72 ਚੱਲੀ ਹੈ ਕਿ ਇਹਨਾਂ ਨੂੰ ਕੋਈ ਪ੍ਰੋਬਲਮ ਕੁਛ ਨਹੀਂ ਆਈ ਹਲੇ ਤੱਕ ਕਿਉਂਕਿ ਜਦੋਂ ਜ਼ਿਆਦਾ ਚ ਹੁਣ ਤੁਸੀਂ ਸੀਟਾਂ ਦੀਆਂ ਦੇਖੋਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿੰਨੀ ਕੁ ਚੱਲੀ ਹੋਣੀ ਹੈ ਨਹੀਂ ਸੀਟਾਂ ਨਾਲ ਦੀਆਂ ਨਹੀਂ ਹੈ ਸਾਰੀ ਸਭ ਕੁਝ ਨਾਲ ਦਾ ਇੰਟੀਰੀਅਰ ਟੋਟਲੀ ਨਾਲ ਦਾ ਜੀ ਯਾਰ ਵਾਕਈ ਸਹੀ ਗੱਲ ਆ ਹੈ ਉਹ ਵੀ ਕੀ ਸੀਟਾਂ ਦੇਖ ਸੋਹਣਿਆ ਤੇ ਐਂ ਜੀ ਨਹੀਂ ਕਰਦਾ ਯਾਰ ਬਦਲਾ ਦਾਂਗੇ ਜਾਂ ਕੁਛ ਚੇਂਜ ਕਰ ਭਾਜੀ ਇਹੀ ਚੀਜ਼ ਦਾ ਗੱਡੀ ਦਾ ਮੁੱਲ ਵੱਧਦਾ ਹੈ ਨਹੀਂ ਮੁੱਲ ਨਹੀਂ ਵੱਧਦਾ ਮੀਨਸ ਇੰਨਾ ਹੀ ਗੱਡੀ ਦੀ ਲੁੱਕ ਆ ਇਹ 'ਚ ਹੀ ਕੰਫਰਟ ਆ ਇਹ ਵੀ ਮੈਨੂਅਲ ਆ ਮੈਨੂਅਲ ਆ ਜੀ ਮੈਨੂਅਲ ਤੇ 5 ਸਪੀਡ ਇਹ 5 ਸਪੀਡ ਆ ਜਾਂਦੀ ਆ ਤੇ ਇਹ ਮੈਨੂਅਲ ਗੇਅਰ ਦੇ ਵਿੱਚ ਹੈ ਜੀ ਅੱਛਾ ਇਹਨਾਂ ਦੇ ਜਿਹੜੇ ਪਾਵਰ ਵਿੰਡੋ ਕੰਟਰੋਲ ਆ ਉਹ ਵਿਚਾਲੇ ਆ ਹਾਂਜੀ ਉਹ ਸੈਂਟਰ 'ਚ ਹੁੰਦੇ ਆ ਉਹ ਮੋਰਲੇ ਤਾਕੀਆਂ ਦੇ ਉਹ ਪਿਛਲੀਆਂ ਦੇ ਤੇ ਉਹ ਸੈਂਟਰ ਦੇ ਵਿੱਚ ਜਿਹੜਾ ਸ਼ੀਸ਼ੇ ਇਲੈਕਟ੍ਰਿਕ ਜਿਹੜੇ ਐਡਜਸਟਮੈਂਟ ਹੈ ਉਹ ਜਿਹੜਾ ਗੱਬੇ ਨੌਬ ਲੱਗੀ ਹੋਈ ਹੈ ਜੀ ਬਾਈ ਇਹਦੇ ਸਪੀਕਰ ਸਪੂਕਰ ਵੀ ਸਭ ਕੁਝ ਨਹੀਂ ਇਹ 'ਚ ਸਾਡੇ ਛੋਟੇ ਬ੍ਰਦਰ ਨੇ ਚੇਂਜਸ ਕਾਫੀ ਕੀਤੇ ਉਹਨੇ ਹੈ ਉਹ ਕਹਦੋ ਆਪਣੇ ਆਪਣੇ ਉਹਨੇ ਆਪਣੇ ਸ਼ੌਂਕ ਨੂੰ ਸਿਗਾ ਸਾਰਾ ਓਰੀਜਨਲ ਮੇਰੇ ਕੋ ਪਿਆ ਸਿਸਟਮ ਉਹਨੇ ਫਿਰ ਆਪਣਾ
ਮਿਊਜ਼ਿਕ ਸਿਸਟਮ ਥੋੜਾ ਜਿਹਾ ਆਪਣਾ ਵਿੱਚ ਅਰੇਂਜ ਕੀਤਾ ਹੋਇਆ। ਆ ਦੇਖੋ ਇੱਥੇ ਖੜਦੀਆਂ ਨੇ। ਹਾਂਜੀ ਇਹ ਸਟਾਪਰ ਹੁੰਦਾ ਜਿਹਦਾ ਇੱਕ ਇੱਕ ਸਟਾਪ ਆ ਦੂਜਾ ਸਟਾਪ। ਪ੍ਰੋਪਰ ਵਰਕਿੰਗ ਆ ਸਾਰਾ ਜਿਹਦਾ ਹੈ। ਕੁਝ ਨਹੀਂ ਕਰਾ ਰੱਖਿਆ ਬਈ ਗੱਡੀ ਨੂੰ। ਨਹੀਂ ਨਹੀਂ ਕੁਝ ਓਰੀਜਨਲ ਆ। ਟੋਟਲੀ ਓਰੀਜਨਲ ਹੈ ਜੀ। ਅੱਛਾ ਇਹਦੇ ਸਿਰਫ ਵੀਲਸ ਪਾਏ ਸੀ ਇਹਦੇ ਮੈਂ। ਇਹ ਵੀਲ ਮੰਗਾਈ ਹੋਣੇ ਬਾਹਰੋਂ? ਇਹ ਦੁਬਈ ਤੋਂ ਸਾਡੇ ਹੈਗੇ ਮੇਰੇ ਫਰੈਂਡ, ਉਹ ਇੰਪੋਰਟ ਕਰਦੇ ਆ ਤੇ ਮੈਂ ਉਹਨਾਂ ਦੇ ਥਰੂ ਲਏ ਸੀਗੇ। ਇਹ ਸਾਈਜ਼ ਆਪਣਾ ਚੇਂਜ ਹੋ ਗਿਆ ਟਾਇਰ ਦਾ ਫਿਰ? ਹਾਂਜੀ ਇਹਨੂੰ ਕੰਪਨੀ ਵੱਲੋਂ ਆਉਂਦਾ 15 ਇੰਚਸ ਤੇ ਮੈਂ ਇਹਨੂੰ ਪਾਏ ਹੋਏ ਆ 17। ਜਿਹੜੀ ਅੱਜ ਦੀਆਂ ਗੱਡੀਆਂ ਨੇ ਨਾ, ਭਾਵੇਂ ਵਰਨਾ ਆ ਭਾਵੇਂ ਉਹ ਸੰਨੀ ਆ, ਸੰਨੀ ਦੀ ਡਿੱਗੀ ਬਹੁਤ ਵੱਡੀ ਆ ਸੁੱਕਣਾ ਹੈ। ਕੋਈ ਵੀ ਗੱਡੀਆਂ ਨੇ ਜਿਹੜੀਆਂ ਉਹ ਇਹਨੂੰ ਕੀ ਕਹਿ ਦਿੰਦੇ ਆ ਆਪਾਂ, ਸਡਾਨ, ਸਡਾਨ ਕਲਾਸ। ਹਾਂਜੀ ਸਡਾਨ ਕਲਾਸ। ਸਡਾਨ ਦੇ ਵਿੱਚ ਬੂਫਰ ਐਡਾ ਰੱਖ ਕੇ ਵੀ ਥਾਂ ਨਹੀਂ ਵੱਜਦੀ। ਨਹੀਂ ਇਹਦਾ ਹਲੇ ਪੇਟੀ ਵੀ ਕਾਫੀ ਵੱਡੀ ਆ। ਹੈ ਪੇਟੀ ਦੇਖ ਜੱਟਾ ਪਿੱਛੇ, ਉਹ ਬਹੁਤ ਬੜੀ ਆ, ਵਿੱਚ ਐਂ ਪੂੰਪ ਜਿਹਾ ਲੱਗ ਰੱਖਿਆ, ਵਿੱਚ ਬੂਫਰ ਵੀ ਪਿਆ, ਤਾਂ ਵੀ ਇੰਨੀ ਜਗ੍ਹਾ ਬਚੀ ਉਹ ਆ ਕਿ ਜਿੰਨੀ ਇੱਕ ਸਡਾਨ ਦੇ ਵਿੱਚ ਵੈਸੇ ਡਿੱਗੀ ਹੁੰਦੀ ਆ। ਬਈ ਹੋਰ ਗੱਡੀਆਂ ਨਵੀਆਂ ਕਿਹੜੀਆਂ ਨੇ ਆਪਣੇ ਕੋਲ? ਤਾਂ ਮੇਰੇ ਕੋਲ ਭਾਜੀ ਈ ਕਲਾਸ ਆ, 9 ਮਾਡਲ ਆ ਉਹ। ਉਹ ਵੀ ਜਿੱਦਾਂ ਸ਼ੌਂਕ ਕੇ ਰੱਖੀ ਆ। ਹਾਂਜੀ ਇਹਦੇ ਵਿੱਚ ਇਹ ਜਿੱਦਾਂ ਹੈਗੀ E280, ਇਹ V6 ਆ ਡੀਜ਼ਲ ਦੀ। ਅੱਛਾ ਜੋ ਇਸ ਇੰਜਨ ਦੀ ਡਰਾਈਵ ਆ ਉਹ ਆਪਾਂ ਨੂੰ, ਮਤਲਬ ਮੈਨੂੰ ਆਪਣੇ ਪੁਆਇੰਟ ਆਫ ਵਿਊ ਨਾਲ, ਮੈਨੂੰ ਹੋਰ ਕੋਈ ਗੱਡੀ ਚਲਾਉਣ 'ਚ ਜੋ ਇਹਦੀ ਡਰਾਈਵ ਆ, ਜੋ ਕੰਫਰਟ ਆ, ਉਹ ਇਸ ਮਾਡਲ ਦੇ ਵਿੱਚ ਜ਼ਿਆਦਾ ਆ। ਇਹ 9 ਮਾਡਲ ਆ। ਫਿਰ ਮੇਰੀ ਜਿਹੜੀ X5 ਆ ਉਹ ਮੇਰੇ ਕੋਲ 12 ਮਾਡਲ ਆ। ਬੈਰਿੰਗ ਵੀ ਸੋਰਸ ਕਰਨਾ ਪੈ ਜੇ ਹੈ, ਬੰਦੇ ਦੀ ਜੇਬ ਖੁੱਲਦੀ ਵਧੀਆ। ਹੁਣ ਜੇ ਕਿਸੇ ਕੋਲ ਓਰੀਜਨਲ ਖੜੀ ਹੈ ਯਾਰ, ਇਹ ਤਾਂ ਮਹਿੰਗੀ ਬਹੁਤ ਮਿਲੂਗੀ ਹੈ ਭਾਜੀ। ਰੇਟ ਇਹਨਾਂ ਦਾ ਕੋਈ ਰੇਟ ਨਹੀਂ ਹੈਗਾ, ਜਿਹਨੂੰ ਚੀਜ਼ ਦੀ ਪਛਾਣ ਆ ਉਹ ਤਾਂ ਮੂੰਹ ਮੰਗਾ ਰੇਟ ਲੈ ਲੂਗਾ। ਜਿਹਨੂੰ ਨਹੀਂ ਇਸ ਚੀਜ਼ ਬਾਰੇ ਨੌਲੇਜ, ਉਹਨੇ ਜੇ ਤਾਂ ਕੁਛ ਵੀ ਮੰਗ ਲਓ, ਉਹਨੇ ਕਹਿਣਾ ਵੀ ਵਰਥਲੈਸ ਆ, ਉਹਦੇ ਲੋਹਾ ਆ। ਇਹ ਤਾਂ ਜਿਹਨੂੰ ਸ਼ੌਂਕ ਆ ਉਹੀ ਬੰਦਾ ਅੱਜ ਦੀ ਡੇਟ 'ਚ ਇਹਨਾਂ ਨੂੰ ਹੱਥ ਪਾਊਗਾ, ਨੋਰਮਲ ਬੰਦਿਆਂ ਦਾ ਹੱਥ ਵੀ ਨਹੀਂ ਪਾਉਣਾ ਇਹਨਾਂ ਨੂੰ। ਜਿਹੜੀਆਂ ਹੁਣ ਮਰਸਡੀਜ਼ ਆਉਂਦੀਆਂ ਨੇ ਹਾਂਜੀ, ਜਿਹੜੇ ਪਹਿਲਾਂ ਵਾਲੀਆਂ ਨੇ ਆ, ਜਿਵੇਂ ਉਹਦਾ ਬੰਪਰ ਉਹ 'ਚ ਫਰਕ ਆ, ਇਹ ਤਾਂ ਬੰਪਰ ਆ, ਇਹ 'ਚ ਫਰਕ ਹੈ, ਉਹ 'ਚ ਲੋਹਾ ਇਹਦਾ, ਉਹਦਾ ਲੋਹਾ ਹੀ ਆ ਜੀ, ਲੋਹਾ ਲੱਗਿਆ ਹੋਇਆ। ਇਹ ਬਾਅਦ 'ਚ ਆ ਕੇ ਪਲਾਸਟਿਕ ਦੇ ਵਿੱਚ ਆ ਗਏ ਸੀ ਆਪਣੇ, ਅਤੇ ਮਤਲਬ ਕਿ ਇਹਨਾਂ ਦਾ ਉਹ ਬਿਲਡ ਕੁਆਲਿਟੀ ਹੋਰ ਆ। ਇਹ ਜਿੱਦਾਂ ਹੌਲੀ ਹੌਲੀ ਫਿਰ ਕੰਪਨੀਆਂ ਕੰਪੀਟੀਸ਼ਨ ਜਾਣ ਨੂੰ ਹਲਕੀਆਂ ਕਰਨ ਲੱਗ ਪੈਂਦੀਆਂ, ਕਟਿੰਗ ਦੇ ਨਾਮ ਦੇ ਉੱਤੇ ਭਾਈ। ਕੋਸਟ ਕਟਿੰਗ ਵੀ ਹੋ ਗਿਆ, ਕੋਸਟ ਕਟਿੰਗ ਨਹੀਂ ਹੁੰਦੀ, ਕੋਸਟ ਕਟਿੰਗ ਤਾਂ ਨਹੀਂ ਹੈਗੀ ਭਾਈ, ਕਹਿ ਸਕਦੇ ਆ। ਉਹ ਚ ਜਿਹੜਾ ਰਬੜਾਂ ਸੀਗੀਆਂ ਇਹਨਾਂ ਦੇ ਥੱਲੇ, ਜਿੱਦਾਂ ਹੁਣ ਹੈਗਾ ਉਹ ਕੁਸ਼ਨ ਆ ਗਏ ਸੀਗੇ, ਹੈਗੀ ਇਹਨਾਂ ਦੀ ਵੀ ਸੇਫਟੀ ਪੂਰੀ ਉਹੀ ਆ।
ਪਰ ਐਂ ਆ ਬਈ ਇਹ ਫਿਰ ਵੀ ਸੇਫ ਕਾਰਾਂ ਨੇ ਇਹ। ਹਾਂਜੀ ਬਹੁਤ ਰਿਲਾਇਬਲ ਹੈ, ਬਹੁਤ ਜ਼ਿਆਦਾ ਰਿਲਾਇਬਲ ਆ। ਸੇਫਟੀ ਉਸ ਟਾਈਮ ਏਅਰਬੈਗ ਵਗੈਰਾ ਆ ਗਏ ਸੀ ਇਹਨਾਂ ਦੇ। ਵੈਸੇ ਬਾਈ ਜੀ ਇਹਦੇ ਨਾਲ ਦੀ ਗੱਡੀ ਪੈਸੇ ਅੰਦਾਜ਼ਾ ਲਾਉਣਾ ਹੋਵੇ, ਵਿਕਦੀ ਦੇਖੀ ਕਿਸੇ ਦੇ ਘਰੇ ਯਾਰ ਇੰਨੇ ਕਿ ਦੀ ਕੋਈ ਲੈ ਗਿਆ? ਨਹੀਂ ਭਾਅ ਜੀ ਵੇਚਦੇ ਆ ਹੁਣ। ਰੀਸੈਂਟਲੀ ਮੇਰਾ ਇੱਕ ਫਰੈਂਡ ਹੈ ਫਗਵਾੜੇ ਤੋਂ, ਉਹਨੇ ਉਹਦੀ ਗੱਡੀ ਮੈਂ ਹੀ ਸੇਲ ਕਰਵਾਈ ਸੀ, ਮੇਰੇ ਸਕੇ ਫਰੈਂਡ ਜਲੰਧਰ ਤੋਂ ਉਹਨਾਂ ਲਈ ਆ। ਅਤੇ ਰੇਟ ਵਾਈਜ਼ ਆਪਾਂ ਗੱਲ ਕਰੀਏ ਉਹ 6 ਦੀ ਗਈ ਆ, 6 ਲੱਖ ਦੀ। ਅਤੇ ਮਤਲਬ ਕਿ ਉਹ ਗੱਡੀ ਕਾਫੀ ਮਤਲਬ ਕਿ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਸੀ। ਇੰਨੀ ਵਧੀਆ ਤਾਂ ਨਹੀਂ? ਨਹੀਂ ਨਹੀਂ ਨਾਲ ਹੀ ਬਰਾਬਰ ਹੀ ਖੜਦੀ ਸੀ, ਬਰਾਬਰ ਖੜ ਸਕਦੀ ਸੀ। ਬਟ ਇਹ ਜਿੱਦਾਂ ਇਹਨੇ ਥੋੜਾ ਅਲੋਇਸ ਦੀ ਐਡੀਸ਼ਨ ਹੋ ਗਈ, ਥੋੜੀ ਲੁੱਕ ਐਨਹਾਂਸ ਹੋ ਜਾਂਦੀ ਆ। ਉਹ ਜਿੱਦਾਂ ਸਟਾਕ ਸੀ ਪੂਰੀ ਯਾਰ, ਮੈਨੂੰ ਐਂ ਕਾਹਤੋਂ ਲੱਗਦਾ ਇਹਦੇ ਸ਼ੀਸ਼ਿਆਂ ਦਾ ਰੰਗ ਥੋੜਾ ਡਿਫਰੈਂਟ ਆ। ਇਹ ਗ੍ਰੀਨ ਟਿੰਟਡ ਆ ਭਾਈ, ਟਿੰਟਡ ਆ, ਟਿੰਟਡ ਕੰਪਨੀ ਵੱਲੋਂ ਟਿੰਟਡ ਆਉਂਦੇ ਆ, ਕੰਪਨੀ ਵੱਲੋਂ ਟਿੰਟਡ ਨੇ, ਉਹ ਵੀ ਟਿੰਟਡ ਨੇ। ਉਹ ਤੇ ਆਉਂਦੇ ਟਿੰਟਡ ਆ, ਮੈਂ ਥੋੜੀ ਜਿਹੀ ਹਲਕੀ ਫਿਲਮਿੰਗ ਕਰਾਈ ਹੋਈ ਆ। ਅੱਛਾ, ਉਹ ਕਰਾਈ ਹੋਈ ਆ ਹਲਕੀ ਜੀ, ਮਤਲਬ ਕਿ ਮਾਈਨਰ ਹੈਗੀ ਆ, 50% ਆ। ਆਹ ਤਾਂ ਟੋਟਲੀ ਫਿਲਮਿੰਗ ਦੀ ਲੋੜ ਹੀ ਨੀ ਪੈਂਦੀ ਸ਼ਾਮ ਨੂੰ ਅੰਦਰ ਬੈਠਾ ਬੰਦਾ। ਨਹੀਂ ਉਹ ਵਿਜ਼ੀਬਿਲਿਟੀ ਬੁਰੀ ਰਹੂਗੀ ਤੁਹਾਡੀ, ਵਿਜ਼ੀਬਿਲਿਟੀ ਨਹੀਂ ਖਰਾਬ ਹੁੰਦੀ। ਫਿਰ ਬਾਈ ਇਹ ਕਾ ਆਇਆ? ਇਹ ਭਾਅ ਜੀ ਹੈਗੀ ਆ ਜੀ 93 ਮਾਡਲ। ਇਹ ਇੰਗਲੈਂਡ ਤੋਂ ਇੰਪੋਰਟ ਹੋਈ ਹੈ ਗੱਡੀ। ਇਹ ਇੰਪੋਰਟਡ ਆ ਇਹ? ਇਹ ਇੰਪੋਰਟਡ, ਇਹ ਜਿੱਦਾਂ ਇੰਡੀਅਨ ਸੀ, ਇਹ ਜਰਮਨੀ ਮੇਡ ਆ। ਮੇਡ ਜਰਮਨੀ ਆ, ਇੰਪੋਰਟਡ ਫਰੋਮ ਇੰਗਲੈਂਡ ਆ ਇਹ। ਮਤਲਬ ਕਿ ਜਰਮਨ ਤੋਂ ਇੰਗਲੈਂਡ ਆਰਡਰ ਤੇ ਗਈ, ਉੱਥੋਂ ਬੰਦੇ ਨੇ ਇੱਧਰ ਲਿਆਂਦੀ, ਉੱਥੋਂ ਫਿਰ ਇੱਧਰ ਆ ਗਈ। ਇਹ ਇੰਜਨ ਵੱਡਾ ਇਹ 'ਚ? ਇਹ 'ਚ ਇਨਲਾਈਨ 6 ਆ ਜੀ, OM606 ਇੰਜਨ ਇਹ। ਵੀ ਨਹੀਂ ਹੈਗਾ? ਨਹੀਂ, ਸਟ੍ਰੇਟ ਇਨਲਾਈਨ ਹੁੰਦਾ ਇਹ, 6 ਸਿਲੰਡਰ ਦਾ ਇੰਜਨ ਹੈ। ਇਹ ਤਾਂ ਮਤਲਬ ਬਹੁਤ ਜ਼ਿਆਦਾ ਪਾਵਰਫੁਲ ਇੰਜਨ ਮੰਨਿਆ ਗਿਆ। ਤੁਸੀਂ ਨੈੱਟ 'ਤੇ ਸਰਚ ਕਰਕੇ OM606 ਦੀ ਵੀਡੀਓ ਦੇਖੋ, ਤੁਸੀਂ ਸਮਝ ਆਉਂਗੇ ਕਿ ਕੀ। ਵੈਸੇ ਤਾਂ ਬਰੋਬਰ ਕਹਿ ਸਕਦੇ ਕਿ ਕੋਈ ਹੋਰ ਗੱਡੀ ਖੜੀ ਕਰਨੀ ਹੋਵੇ ਹੁਣ ਦੀ ਇੰਜਨ ਦੇ ਹਿਸਾਬ ਨਾਲ, ਹਾਂਜੀ ਕਿਹੜੀ ਖੜਦੀ ਆ? ਨਵੀਆਂ ਤਾਂ ਭਾਅ ਜੀ ਹੁਣ ਜਿਹੜੇ ਵੱਡੇ ਇੰਜਨ ਆ ਗਏ, ਜਿੱਦਾਂ V6 ਆ ਗਏ, ਉਹ ਚੀਜ਼ਾਂ ਤਾਂ ਹੈਗੀਆਂ ਹੀ ਆ। ਬਟ ਇਹੀ ਗੱਡੀ ਮੇਰੀ 200+ ਈਜ਼ੀਲੀ ਜਾਂਦੀ ਆ, ਇਹ 200+ ਜਾਂਦੀ ਆ। ਹਾਂ ਤੁਹਾਨੂੰ ਮੈਂ ਦਿਖਾਉਂਦਾ ਇਹਦੇ ਵਿੱਚ, ਨਹੀਂ 200+ ਜਾ ਕੇ ਵੀ ਜਦੋਂ ਇੰਨੀ ਇਹਦੀ ਸਟੇਬਿਲਿਟੀ ਹੈਗੀ ਪੂਰੀ, ਉਹ ਪਤਾ ਵੀ ਨਹੀਂ ਲੱਗਣਾ ਤੁਹਾਨੂੰ ਇਹਦਾ, ਮਤਲਬ ਇੰਨੀ ਸ਼ਾਂਤੀ ਨਾਲ ਜਾਣੀ ਤੁਹਾਨੂੰ ਨਾਲ ਲੱਗੇ ਖੜੇ, ਪਤਾ ਵੀ ਨਹੀਂ ਲੱਗਣਾ ਕਿ ਕੀ ਨਿਕਲ ਕੀ ਗਿਆ ਨਾਲ ਦੀ। ਤਾਂ ਸਟੇਬਿਲਿਟੀ? ਸਟੇਬਿਲਿਟੀ ਪੂਰੀ ਇਹਨਾਂ ਦੀ। ਇਹ ਹੈਗੀ ਸਟੋਕ? ਸਟੋਕ ਸਟੋਕ ਹੈ ਸਾਰੀ। ਸੀਟ ਕਵਰ ਇਹਦੀ, ਸਾਰੀ ਸੀਟਾਂ ਵਗੈਰਾ ਸਭ ਕੁਛ ਟੋਟਲੀ ਓਰੀਜਨਲ ਆ। ਮੈਂ ਤਾਂ ਬੋਨਟ ਤੁਹਾਨੂੰ ਦਿਖਾਉਂਦਾ। ਹਾਂ ਵੇਖੀ, 6 ਸਿਲੰਡਰ ਆ ਸੋਹਣਿਆ ਇਹ। ਵੀ ਤਾਂ ਨਹੀਂ ਹੈਗਾ, ਹੈਗਾ ਸੱਦਾ ਆ। ਇਹ ਸਟ੍ਰੇਟ 6 ਹੈ ਜੀ। ਤੇ ਬੋਨਟ ਵੀ ਤਾਂ ਹੀ ਇੰਨੇ ਲੰਬੇ ਨੇ ਭਾਈ ਇਹਨਾਂ ਦੇ। ਹਾਂਜੀ ਹਾਂਜੀ, ਸੇਫਟੀ ਵਾਈਜ਼ ਕੰਪਨੀ ਨੇ ਮੈਜਰ ਬਣਾਏ ਹੋਏ ਉਦਾਂ ਦੇ। ਇਹ OM606 ਆ ਜੀ, 6 ਸਿਲੰਡਰ ਹੋ ਗਿਆ ਇਹ। ਕਿ ਜ਼ਿਆਦਾ ਏਰੀਆ ਭਰਿਆ ਹੋਇਆ ਸਾਰਾ ਹੈ, ਮਤਲਬ ਚੈਸੀ ਉਸ ਹਿਸਾਬ ਨਾਲ ਡਿਜ਼ਾਈਨ ਹੁੰਦੀ ਆ ਕਿ ਪੂਰਾ ਪੂਰਾ ਹੀ ਆ ਇਹ। ਵੱਧ ਚਲਾਈ ਹੋਈ ਆ ਦੂਜੀਆਂ ਨਾਲੋਂ? ਨਹੀਂ ਚੱਲੀ, ਇਹ ਵੀ ਲਾਗੇ ਛਾਗੇ ਹੋਣੀ ਆ ਵੱਧ। ਹੁਣ ਭਾਅ ਜੀ ਡੇਲੀ ਤਾਂ ਚਲੋ ਆਪਾਂ ਨਹੀਂ ਡਰਾਈਵ ਕਰ ਸਕਦੇ, ਬਟ ਇਹ ਅਸੀਂ, ਇਹ ਨਹੀਂ ਮੇਰੀ ਗੱਡੀ ਕੋਈ ਖੜੀ ਰਹੀ 2-3 ਦਿਨ, ਡੇਲੀ ਚਲਾ ਦੇਣੀ ਕੋਈ ਨਾ ਕੋਈ, ਜਿਹਦੀ ਵਾਰੀ ਆ ਗਈ ਉਹ ਇੱਕ ਅੱਧਾ ਗੇੜਾ ਸੀ ਕੱਢਦੀ। ਨਾਲ ਆਪਾਂ ਕਾਰਾਂ ਚਲਾਉਂਦੇ ਹਨਾ, ਇੱਥੇ ਹੁਣ ਜਿਹੜੇ ਬੰਪਰਸ ਆ ਗਏ ਨੇ ਸਾਰੀਆਂ ਨੂੰ ਉਹ ਫਾਈਬਰ ਦੇ ਆ ਗਏ। ਹਾਂਜੀ, ਪਲਾਸਟਿਕ ਦੇ। ਇਹਨਾਂ ਦੇ ਬੰਪਰ ਡੈਮੇਜ ਡੂਬੇ ਨਹੀਂ ਹੋਇਆ ਤਾਂ ਇੱਦਾਂ ਯਾਰ, ਕਿਤੇ ਖਹਿ ਗਿਆ, ਕਿਤੇ ਲੱਗ ਗਿਆ, ਕੁਛ ਹੋ ਗਿਆ ਇਹਨੂੰ? ਨਹੀਂ ਹੋਇਆ, ਮੇਰੀ ਕਾਲੀ ਵਾਲੀ ਦਾ ਪਿੱਛੇ ਤੁਸੀਂ ਦੇਖੀ ਨਹੀਂ, ਉਹ ਮਾੜਾ ਟੁੱਟਿਆ, ਲਿਆ ਕੇ ਰੱਖਿਆ ਪਾਰਟ, ਉਹ ਪੇਂਟ ਕਰਾ ਕੇ ਹੁਣ ਲਾਉਣਾ ਮੈਂ ਉਹਦਾ। ਅੱਛਾ, ਕਿਉਂਕਿ ਇਹ ਜਿਹੜਾ ਚੀਜ਼ ਪਾਰਟ ਹੈ ਨਾ ਇਹਦਾ, ਇਹਨਾਂ ਦਾ ਕੱਚਾ ਹੀ ਆ। ਕਿਉਂ? ਇੱਕ ਤਾਂ ਏਜ ਦੇ ਨਾਲ ਪਲਾਸਟਿਕ ਜਿਹੜਾ ਹੋ ਜਾਂਦਾ ਖੁਸ਼ਕ ਹੋ ਜਾਂਦਾ, ਇਹ ਤਾਂ ਮਾੜਾ ਜਿਹਾ ਕਿਤੇ ਲੱਗਾ ਤਾਂ ਕੱਚ ਵਾਂਗੂ ਖਿਲਰ ਜਾਂਦਾ ਹੈ। ਪਰ ਐਂ ਤਰੇੜਾ ਕਿਸੇ ਪਾਸੇ ਨਹੀਂ ਹੈਗੀ? ਨਹੀਂ, ਉਹ ਆਪਾਂ ਆਣ ਨਹੀਂ ਦੇਈਦੀਆਂ, ਉਹ ਥੋੜ੍ਹਾ ਜਿਹਾ ਬਚਾ ਕੇ ਉਸ ਹਿਸਾਬ ਨਾਲ ਚਲਾਈ ਦੀਆਂ। ਬਾਈ ਇਹਦੀਆਂ ਲਾਈਟਾਂ ਅਤੇ ਉਹਦੀਆਂ ਲਾਈਟਾਂ 'ਚ ਫਰਕ ਆ ਭਾਅ ਜੀ? ਇਹ ਜਿੱਦਾਂ ਸੀਰੀਜ਼ 1 ਮਾਡਲ ਆ, ਇਹਦੀ ਗ੍ਰਿਲ ਹੈਗੀਆਂ ਦੋਨੀ 1-4 ਆ,
ਇਹਦੀ ਇੱਕ ਤਾਂ ਦੇਖੋ ਗ੍ਰਿਲ ਬਾਹਰ ਆ, ਉਹਦੀ ਗ੍ਰਿਲ ਅੰਦਰ ਚ ਲੱਗੀ ਅੰਦਰ ਆ, ਇਹਦੀਆਂ ਲਾਈਟਾਂ ਚੌਰਸ ਆ, ਉਹਦੀ ਲਾਈਟ ਚ ਗ੍ਰਿਲ ਦੇ ਨਾਲ ਸ਼ੇਪ ਆ ਗਈ ਹੈ, ਸ਼ੇਪ ਬਣੀ ਹੋਈ ਥੋੜਾ ਜਿਹਾ, ਉਹ ਜਦਾਂ ਇਹਦੀ ਸੀਰੀਜ਼ 2 ਆਈ ਸੀ, ਇਹ ਸੀਰੀਜ਼ 1 ਆ, ਪਰ ਇਹ ਦੇਖਣ ਨੂੰ ਜ਼ਿਆਦਾ ਸੋਹਣੀ ਲੱਗਦੀ ਹੈ, ਉਹਦੇ ਨਾਲ ਥੋੜੀ ਇਹ ਥੋੜਾ ਜਿਹਾ ਸਪੋਰਟੀ ਟਾਈਪ, ਇਹਦੇ ਸਪੋਰਟੀ ਤਾਂ ਜ਼ਿਆਦਾ ਲੱਗਦੀ ਹੈ ਕਿ ਇੱਕ ਤਾਂ ਨੀਵੀਂ ਆ ਕਿਉਂਕਿ ਬਾਹਰ ਸਸਪੈਂਸ਼ਨ ਰੋਡਸ ਵਧੀਆ, ਸਸਪੈਂਸ਼ਨ ਵਧੀਆ ਹੁੰਦੀ ਹੈ, ਇੰਡੀਆ ਦੇ ਵਿੱਚ ਤੁਸੀਂ ਉਹਦਾ ਟਾਇਰ ਦੇਖੋਗੇ ਬਹੁਤ ਫਰਕ ਆ, ਆਪਣੀਆਂ ਸਾਰੀਆਂ ਕਾਰਾਂ ਥੋੜੀਆਂ ਉੱਚੀਆਂ ਰਹਿੰਦੀਆਂ ਨੇ, ਇੰਡੀਆ 'ਚ ਸਸਪੈਂਸ਼ਨ ਸਟਿਫ ਰੱਖਦੇ ਆ ਕਿ ਟੋਏ ਟਿੱਬੇ 'ਚ ਜ਼ਿਆਦਾ ਟੱਪੇ ਨਾ, ਇਹ ਬਾਹਰ ਦੇ ਹਿਸਾਬ ਨਾਲ ਇਹਦਾ ਮੈਂ ਪੂਰੀ ਲਚਕ ਦੇ ਕੇ ਚੱਲਦੀਆਂ, ਜਦੋਂ ਇੱਥੇ ਏਸੇ ਰੋਡ 'ਤੇ ਇਹਨੂੰ ਚਲਾਉਂਦੇ ਆ ਉਦੋਂ ਭਾਜੀ ਪਤਾ ਵੀ ਨਹੀਂ ਲੱਗਦਾ ਅਸੀਂ ਫਰੀ ਦਾ, ਜਿਹੜਾ ਪਾਣੀ ਦੇ ਜਾਂਦੇ ਉਹਨੇ ਇਸ ਹਿਸਾਬ ਦਾ ਹੋਇਆ ਤਾਂ ਸਸਪੈਂਸ਼ਨ ਸਸਪੈਂਸ਼ਨ ਨਹੀਂ ਚੇਂਜ ਹੋਏ ਗੱਡੀ ਦੀ, ਨਹੀਂ ਕੁਛ ਨਹੀਂ, ਉਹ ਥੋੜਾ ਬਹੁਤ ਮੇਨਟੇਨੈਂਸ, ਜਿਹੜਾ ਜਨਰਲ ਮੇਨਟੇਨੈਂਸ ਉਹ ਤਾਂ ਕਰਾਉਣੀ ਆ, ਹੁਣ 25-30 ਸਾਲ ਹੋ ਗਏ ਕਿਤੇ ਕੋਈ ਵੀ ਰਬੜ ਦਾ ਬੂਟ ਸਸਪੈਂਸ਼ਨ ਕਿੱਟ ਜਦੋਂ ਆਪਾਂ ਨਵੀਂ ਪਾਉਣੀ ਮੰਨ ਲਓ ਇਸ ਤਰ੍ਹਾਂ ਕਿੰਨਾ ਖਰਚਾ ਲੈਂਦੀ ਹੋਊਗੀ ਹੁਣ ਤੱਕ ਸਸਪੈਂਸ਼ਨ ਤੇ, ਜੇ ਆਪਾਂ ਫਰੰਟ ਦੀ ਸਸਪੈਂਸ਼ਨ ਕਰਦੇ ਆ ਆਪਣੀ ਕੁਛ ਉਹੀ ਅਰਾਊਂਡ 15,000 ਦੇ ਵਿੱਚ ਹੋ ਜਾਂਦੀ ਸਾਰੀ, ਤੇ ਵਾਈਪਰ ਸਿੰਗਲ ਆ, ਇਹ ਸਿੰਗਲ ਆਨ ਵਾਈਪਰ ਆ, ਪੂਰੇ ਸ਼ੀਸ਼ੇ ਤੇ ਇੱਕ ਹੀ ਘੁੰਮੂਗਾ, ਤੇ ਉਹਦਾ ਵੀ ਸਿੰਗਲ ਆ, ਇਹਦਾ ਉਹਦਾ ਵੀ ਸਿੰਗਲ ਆ, ਇਹ ਤੁਹਾਨੂੰ ਦੁਕਾਨਾਂ ਜਾ ਕੇ, ਅੱਛਾ ਨਹੀਂ ਇਕੱਲਾ ਇੱਕ ਵਾਈਪਰ ਜਿਹੜਾ ਸ਼ੀਸ਼ਾ ਸਾਰਾ ਘੇਰਦਾ ਇਹ, ਆਹ ਦੇਖਣ ਮਕੈਨਿਜ਼ਮ ਹੀ ਇੱਦਾਂ ਦਾ ਹੈ ਪੂਰਾ, ਇਹਨੇ ਸੈਂਟਰ 'ਚ ਜਾ ਕੇ ਉੱਚਾ ਹੋਣਾ, ਉੱਚਾ ਹੋ ਕੇ ਸਾਰਾ ਉੱਧਰ ਕਵਰ ਕਰਕੇ ਥੱਲੇ ਆਪਣੀ ਜਗ੍ਹਾ 'ਤੇ ਆ ਜਾਣਾ, ਜਿਹੜੇ ਹੁਣ ਮਰਸਡੀਜ਼ ਆਉਂਦੀਆਂ ਨੇ ਉਹਨਾਂ ਵਿੱਚ ਆਹ ਚੀਜ਼ਾਂ ਹੈ ਨਹੀਂ, ਹੁਣ ਡਬਲ ਹੋ ਗਏ ਸੀਗੇ, ਇਹ ਇਹਨੇ 1-2-4 ਹੋ ਗਈ, ਜਿੱਦਾਂ ਇੱਕ 201 ਆਉਂਦੀ ਆ ਉਹਦੇ ਵਿੱਚ, ਇੱਕ ਦੋ ਗੋਲਡ ਲਾਈਟ ਜਿਹੜੀ ਆਪਾਂ ਦੇਖਦੇ ਹਾਂ ਇੱਥੇ, ਜਿਹੜੀ ਪੁਰਾਣੀਆਂ ਹੋ ਗਈਆਂ ਹੁਣ, ਉਹਨਾਂ 'ਚ ਵੀ ਸਿੰਗਲ ਵਾਈਪਰ ਆ, ਵੀਲ ਇਹਦੇ ਵੀ ਪਵਾ ਰੱਖੇ ਨੇ, ਹਾਂਜੀ ਇਹ ਹੈਗਾ ਭਾਅ ਜੀ ਸਟੈਗਰਡ ਸੈਟਅਪ, ਪਰ ਮੋਹਰੇ ਵਾਲਾ ਸਾਈਜ਼ ਹੋਰ ਆ, ਹਾਂਜੀ ਪਿੱਛੇ ਜ਼ਿਆਦਾ ਡੀਪ ਆ, ਇਹਨੂੰ ਸਟੈਗਰਡ ਕਹਿੰਦੇ ਆ, ਮੋਹਰਲਾ ਜਿਹੜਾ ਰਿਮ ਹੈ ਉਹ 8.5 ਇੰਚ ਚੌੜਾ, ਪਿਛਲਾ ਰਿਮ ਜਿਹੜਾ 10.5 ਇੰਚ, ਇਹ ਇਹ ਕਰਨ ਦਾ ਬੈਨੀਫਿਟ ਕਿਆ ਹੁੰਦਾ ਉਹਦਾ, ਇਹ ਭਾਅ ਜੀ ਇੱਕ ਤਾਂ ਸਟੇਬਿਲਿਟੀ ਗੱਡੀ ਦੀ ਪਕੜ ਰੋਡ ਤੇ, ਕਿਉਂਕਿ ਜਦੋਂ ਆਪਾਂ ਨੂੰ, ਕਿਉਂਕਿ ਹੁਣ ਜਿੰਨੀ ਪਾਵਰ ਇੰਜਨ ਦੀ, ਇੱਕ ਤਾਂ ਰੀਅਰ ਵੀਲ ਡਰਾਈਵ ਗੱਡੀਆਂ ਹੈ, ਬਿਲਕੁਲ ਤਾਂ ਉਹ ਪਾਵਰ ਨੂੰ ਇੱਕ ਤਾਂ ਗੱਡੀ ਦੇ ਲੁੱਕ ਨੂੰ ਇਨਹਾਂਸ ਕਰਦਾ, ਪਲੱਸ ਇੱਕ ਸਟੇਬਿਲਿਟੀ ਰੋਡ ਦੇ ਉੱਪਰ ਪਕੜ ਆਪਣੀ ਪੂਰੀ ਬਣਾਉਂਦਾ, ਉਹਨੂੰ ਘੁੰਮਣ ਨਹੀਂ ਦਿੰਦਾ, ਘੁੰਮਣ ਨਹੀਂ ਦਿੰਦਾ ਜ਼ਿਆਦਾ, ਹੁਣ ਇਹਦੇ ਅੱਗੇ ਟਾਇਰ ਸਾਈਜ਼ ਹੈਗਾ 225-45-17, ਇੱਥੇ ਮੈਂ ਪਾਇਆ ਹੋਇਆ 245-45-17, 20 mm ਟਾਇਰ ਚੌੜਾ, ਅੱਗੇ ਕੰਪਨੀ ਵੀ ਦਿੰਦੀ ਹੈ ਇੱਦਾਂ, ਕੰਪਨੀ ਦੇ ਹੀ ਅਲੋਇਜ ਆਉਂਦੇ ਇਹਦੇ ਇਸ ਸਾਈਜ਼ ਦੇ, ਆਪਾਂ ਸਟੈਗਰਡ ਲੈ ਸਕਦੇ, ਸਟੈਗਰਡ ਰਿਮ ਆਉਂਦੇ ਆ, ਲੈ ਭਾਈ ਇੱਕ ਤਾਂ, ਅੱਛਾ ਇਸ ਇਹ ਸ਼ੀਸ਼ੇ ਇਹਦੇ ਵੀ ਦੂਸਰੇ ਨੇ, ਹਾਂਜੀ ਡੇ ਨਾਈਟ ਹੀ ਹੁੰਦੇ ਆ, ਆ ਸਾਰੀਆਂ ਸੀਟਾਂ ਗੱਤੇ ਜੋ ਈਚ ਐਂਡ ਐਵਰੀਥਿੰਗ, ਈਵਨ ਕਿ ਮੈਂ ਤਾਂ ਬ੍ਰਦਰ ਨੂੰ ਕਿਹਾ ਸੀ ਮੈਂ ਤੂੰ ਸਿਸਟਮ ਲਾ ਰਿਹਾ ਲਾ ਲਾ, ਮੈਂ ਕਿਹਾ ਉਹ ਪਿੱਛੇ ਵੱਢ ਟੁੱਕ ਨਾ ਕਰੀ, ਅੱਛਾ ਪਿੱਛੇ ਜਿਹੜੇ ਇੱਕ ਜਗ੍ਹਾ ਹੈਗੀ ਬਾ ਉੱਥੇ ਲਾਇਓ ਸਪੀਕਰ, ਆਲਟਰੇਸ਼ਨ ਕਰਨ ਦੀ ਸਾਨੂੰ ਲੋੜ ਨਾ ਪਵੇ, ਮੈਂ ਕਿਹਾ ਉਹਨੇ ਬਾਕਸ ਲਾ ਕੇ ਥੱਲੇ ਰੱਖ ਲਿਆ, ਕਹਿੰਦਾ ਮੈਂ ਕੋਈ ਗੱਲ ਨਹੀਂ, ਕਿ ਪਿੱਛੇ ਅੱਜ ਕੱਲ੍ਹ ਬਿਠਾਉਣਾ ਕਿਸੇ ਨੂੰ ਆਪਣੀ ਗੇੜੇ ਗੂੜਾ ਮਾਰਨਾ ਹੁੰਦਾ, ਪਏ ਆ ਚੱਲੀ ਜਾਂਦੇ ਆ, ਤੇ ਇਲੈਕਟ੍ਰੋਨਿਕ ਪਾਰਟ ਪਾਸੋਂ ਕਿਸੇ ਕਦੀ ਗੱਡੀ ਸ਼ਿਕਾਇਤ ਆਈ ਹੈ? ਕੁਛ ਵੀ ਨਹੀਂ, A to Z ਵਰਕਿੰਗ ਹੈ ਜੀ, A to Z ਦਾ ਸਾਰਾ ਕੁਝ, ਜਿਹਨਾਂ ਲੋਕਾਂ ਨੇ ਗੱਡੀਆਂ ਦੀ ਥੋੜੀ ਹਾਲਤ ਖਰਾਬ ਕਰ ਰੱਖੀ ਹੁੰਦੀ ਆ, ਇਹ ਹੁੰਦੀ ਕਾਹਤੋਂ ਆ ਮੇਜਰਲੀ ਉਦਾਂ ਮੇਨਟੇਨੈਂਸ, ਹੁਣ ਜਿਹਦਾ ਮੈਨੂੰ ਪਤਾ ਜੇ ਮੇਰਾ ਕੋਈ ਇੱਕ ਇਹਦਾ ਸਵਿੱਚ ਖਰਾਬ ਹੋ ਗਿਆ ਕੁਛ ਹੋ ਗਿਆ, ਮੈਂ ਉਹਨੂੰ ਨਾਲ ਹੀ ਸੋਰਸ ਕਰਨ ਲੱਗ ਪੈਣਾ, ਕਿਉਂਕਿ ਲੈਣੀਆਂ ਸੌਖੀਆਂ ਆ, ਸਾਂਭਣੀਆਂ ਔਖੀਆਂ ਹੋ ਜਾਂਦੀਆਂ, ਸਾਂਭਣੀਆਂ ਔਖੀਆਂ ਨੇ, ਔਰ ਜੇ ਜ਼ਿਆਦਾ ਚਿਰ ਨਾ ਸਾਂਭੀਆਂ ਫਿਰ ਤੰਗ ਵੀ ਬਹੁਤ ਕਰਦੀਆਂ, ਜਦੋਂ ਪਾਰਟ ਜ਼ਿਆਦਾ ਖਰਾਬ ਹੋਣ ਲੱਗ ਪਿਆ ਗੱਡੀ ਨਾਲੋਂ ਜ਼ਿਆਦਾ, ਹੁਣ ਮੈਂ ਤਾਂ ਆਹ ਗੱਡੀ ਕਰਕੇ ਗੱਡੀ ਡੋਨਰ ਲੈ ਕੇ ਰੱਖੀ ਉਹ, ਇਹਦੇ ਕਰਕੇ ਆਹ ਗੱਡੀ, ਇਹਨਾਂ ਗੱਡੀਆਂ ਕਰਕੇ ਇੱਕ ਡੋਨਰ ਲੈ ਕੇ ਰੱਖ ਲਈ, ਕੱਲ ਨੂੰ ਕੋਈ ਸਮਾਨ ਚਾਹੀਦਾ ਮੈਂ ਇੱਥੋਂ ਲਾ ਕੇ ਆਪਣਾ ਪੂਰਾ ਕਰ ਲੂੰਗਾ, ਸਮਾਨ ਆਪਣਾ ਜੈਨੂਨ ਹੋਵੇ ਜਿਹੜਾ ਨਿਕਲੇ, ਸਮਾਨ ਜੈਨੂਨ ਆ ਸਾਰਾ, ਹਾਂ ਉਹ ਜੇ ਮੈਨੂੰ ਖੜੇ ਪਰ ਕਿਸੇ ਚੀਜ਼ ਦੀ ਲੋੜ ਪੈਂਦੀ ਮੈਂ ਇਹਦੇ ਵਿੱਚੋਂ ਕੱਢ ਕੇ ਆਪਣਾ ਸੋਰਸ ਕਰਕੇ ਚਲਾ ਸਕਦਾ, ਅੱਛਾ ਇਹ ਨਹੀਂ ਹੁਣ ਕਈ ਵਾਰੀ ਸਮਾਨ ਨਹੀਂ ਮਿਲਦਾ ਫਿਰ ਸਮਾਨ ਲੈਣ ਨੂੰ, ਹੁਣ ਜਿੱਦਾਂ ਇਹਦੇ ਪਿੱਛੋਂ ਫਰਕ ਹੈਗਾ, ਆਹ ਦੇਖੋ ਤੁਹਾਨੂੰ ਨੰਬਰ ਪਲੇਟ ਦੀ ਜਗ੍ਹਾ ਵੱਡੀ ਮਿਲ ਗਈ, ਉਹ 'ਚ ਬਾਅਦ 'ਚ ਚੇਂਜ ਹੋ ਗਿਆ ਸੀ, ਹਾਂ ਉਹਦਾ ਉਹਦੀ ਸ਼ੇਪ ਪਿੱਛੋਂ ਹੋ ਰਹੀ ਦੀ ਸ਼ੇਪ, ਇਹਦੇ ਇੰਡੀਕੇਟਰ ਆ ਆਂਦੇ ਔਰੇਂਜ ਆਉਂਦੇ ਸੀਗੇ, ਉਹ 'ਚ ਵਾਈਟ ਆ ਗਏ ਸੀ, ਸਮੋਕ ਆ ਗਏ ਸੀਗੇ, ਹਾਂਜੀ ਇਹਦੀ ਡਿੱਗੀ ਹੋ ਸਕਦੀ, ਹਾਂਜੀ 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 ਇਹ ਵੀ ਭਾਅ ਜੀ ਬਾ ਉਹੀ ਆ,
ਸ਼ਾਬਾਸ਼ ਯਾਰ, ਥਾਂ ਤਾਂ ਇਹਦੇ ਵਿੱਚ ਵੀ ਬਹੁਤ ਆ, ਹੈ ਨਾ, ਸੇਮ ਚੈਸੀ ਸੇਮ ਹੈ ਨਾ ਪੂਰੀ। ਵੈਸੇ ਵੀਰੇ ਆਹ ਜਿਹੜੀ ਸਪੇਸ ਦਿੱਤੀ ਹੋਈ ਹੈ ਇਹ ਕਿਹੜੇ ਕੰਮਾਂ ਨੂੰ ਦਿੱਤੀ? ਇਹ ਭਾਜੀ ਤੁਸੀਂ ਆਪਣਾ ਕੋਈ ਸਟੋਰੇਜ ਦਾ ਬੈਗ ਵਗੈਰਾ ਇੱਧਰ ਆ ਜਾਂਦੇ, ਗੱਬੇ ਅਟੈਚੀਸ ਵਗੈਰਾ ਆ ਜਾਂਦੇ ਆ, ਕੋਈ ਛੋਟਾ ਲੱਗੇ ਜਿਹੜਾ ਤੁਹਾਡਾ ਹੈਗਾ ਉਹ ਸਾਈਡ 'ਤੇ ਆਪਣੇ ਜਗ੍ਹਾ ਦਿੱਤੀ ਆ। ਹੁਣ ਜਿੱਦਾਂ ਜਗ੍ਹਾ ਇਹਨਾਂ ਕੋਲ ਹੈਗੀ ਯੂਟੀਲਾਈਜ਼ ਕਰ ਲਈ, ਨਵੀਂ ਗੱਡੀਆਂ 'ਚ ਇੱਥੋਂ ਹੀ ਆਪਾਂ ਮਾਰ ਖਾਂਦੇ ਨਾ, ਸਾਰੀ ਡਿੱਗੀ ਸਿੱਧੀ ਆ। ਜੇ ਆਪਾਂ ਬਿਲਡ ਕੁਆਲਿਟੀ ਦੀ ਆਹ ਕਰਦੇ ਹੈ ਨਾ, ਹੁਣ ਇੱਕ ਉਹ ਇਹਨਾਂ ਦਾ ਮੁਕਾਬਲਾ ਹੈ ਨਹੀਂ, ਬਾਹਰ ਖੜੀ ਆ ਉਹ ਬਿਲਡ ਕੁਆਲਿਟੀ, ਉੱਥੇ ਤੱਕ ਬਿਲਕੁਲ ਸੇਮ ਰਹੂਗੀ, ਉੱਥੇ ਤੱਕ ਸੇਮ ਆ। ਉਹ ਤੋਂ ਬਾਅਦ ਜਿਹੜੇ ਮਾਡਲਸ ਆ ਗਏ ਨਾ, ਫਿਰ ਉਹ ਤੋਂ ਬਾਅਦ ਇਹਨਾਂ ਦਾ ਥੋੜ੍ਹਾ ਜਿਹਾ ਹਲਕਾਪਨ ਦੇਣਾ ਸ਼ੁਰੂ ਕੀਤਾ ਉਹਨਾਂ ਨੇ। ਉਹਦਾ ਫਰਕ ਹੈਗਾ ਚਲਾਉਣ 'ਚ ਵੀ ਪਤਾ ਲੱਗਦਾ? ਨਹੀਂ ਨਹੀਂ ਚਲਾਉਣ 'ਚ ਤਾਂ ਉਹ ਤੁਹਾਨੂੰ ਦੱਸਿਆ ਉਹ ਰੱਖੀ ਏ ਸੀ ਸ਼ੌਂਕ ਨੂੰ, ਉਹ ਚੱਲ ਜੋ ਉਹਦਾ ਚਲਾਵਾ ਤਾਂ ਉਹ ਨਹੀਂ ਹੈਗਾ ਹੋਰ ਗੱਡੀਆਂ ਦਾ। ਲੰਘਦੇ ਵੜਦੇ ਲੋਕ ਪੁੱਛਦੇ ਨੇ ਯਾਰ ਗੱਡੀ ਦੇਣੀ ਤਾਂ ਨਹੀਂ? ਭਾਜੀ ਪੁੱਛਦੇ ਆ, ਬਟ ਆਪਾਂ ਪਿਆਰ ਨਵੇਂ ਕਹਿ ਦਈਦਾ ਕਿ ਸਾਡੀ ਆਪਣੀਆਂ ਹੀ ਵੇਚ ਦੇਣੀ ਹੈ। ਨਹੀਂ ਘਰਦਿਆਂ ਨੂੰ ਸ਼ੌਂਕ ਕਿੰਨਾ ਕਿਹਨਾਂ ਦਾ? ਸਾਡੀ ਭਾਜੀ ਫੈਮਿਲੀ 'ਚ ਸ਼ੁਰੂ ਤੋਂ ਹੀ ਆ, 60s ਤੋਂ ਸਾਡੇ ਕੋਲ ਗੱਡੀਆਂ ਨੇ ਅਤੇ ਸਾਰੇ ਹੀ ਸ਼ੌਂਕੀ ਆ। ਫਾਦਰ ਸਾਹਿਬ ਹੋ ਗਏ, ਮੈਂ ਛੋਟਾ ਬ੍ਰਦਰ ਆ, ਸਭ ਨੂੰ ਸ਼ੌਂਕ ਹੈ ਜੀ। ਰੈਲੀ ਰੂਲੀ 'ਤੇ ਜਾਂਦੇ ਹੋ ਹੈ? ਹਾਂਜੀ ਰੈਲੀਜ਼ 'ਤੇ ਜਾਂਦੇ ਹਾਂ, ਜਿੱਦਾਂ ਇਨਵਾਈਟਸ ਵਗੈਰਾ ਹੁੰਦੇ ਆ, ਸਾਡਾ ਗਰੁੱਪ ਵੀ ਹੈਗਾ ਗ੍ਰੈਂਡ ਕਲਾਸਿਕ ਕਾਰਸ। ਰੈਲੀ 'ਤੇ ਕਿੰਨੀਆਂ ਕੁ ਗੱਡੀਆਂ ਟੱਕਰਦੀਆਂ ਬਰੋਬਰ ਦੀਆਂ ਕਿ ਯਾਰ ਆਹ ਕਿਸੇ ਹੋਰ ਬ੍ਰਾਂਡ ਦੀ ਕਾਰ ਵੀ ਹੈਗੀ ਆ ਜਾਂ ਹੋਰ ਗਰੁੱਪ 'ਚ ਕਿਹੜੀਆਂ ਕਿਹੜੀਆਂ ਕਾਰਾਂ? ਭਾਜੀ ਇੱਦਾਂ ਸਾਡੇ ਗਰੁੱਪ ਮਤਲਬ ਕਿ ਮਲਟੀ ਕਾਰਸ ਹੈਗੀਆਂ ਨੇ, ਅਤੇ ਮਤਲਬ ਕਿ ਬੀਟਲਸ ਹੋ ਗਈਆਂ, ਹੋਰ ਗੱਡੀਆਂ ਕਾਫੀ ਆਉਂਦੀਆਂ ਗਰੁੱਪ 'ਤੇ, ਜੋ ਰੈਲੀ ਹੁੰਦੀ ਨਾ ਕਾਫੀ ਹੁੰਦੀਆਂ ਉਹਦੇ ਵਿੱਚ। ਯਾਰ ਰੈਲੀ 'ਤੇ ਫਿਰ ਜਾਣਾ ਤਾਂ ਬਣਦਾ ਹੈ, ਜ਼ਰੂਰ ਜ਼ਰੂਰ, ਐਤਕੀ ਹੋਊਗੀ ਤਾਂ ਆਪਾਂ ਜ਼ਰੂਰ ਬਣਾਵਾਂਗੇ ਪ੍ਰੋਗਰਾਮ, ਕੋਈ ਚੱਜ ਦੀ ਜਗ੍ਹਾ 'ਤੇ ਆਏ ਹੋ। ਥੈਂਕ ਯੂ ਤੁਹਾਡਾ ਬਹੁਤ ਬਹੁਤ ਆਉਣ ਦਾ ਬਈ। ਬਾਕੀ ਯਾਰ ਮੈਂ ਕਹਿੰਦਾ ਮੇਰਾ ਨਾ ਉਹ ਜਿਹੜਾ ਟਾਈਮ ਹੁੰਦਾ ਸਪੈਂਡ ਕਰਨਾ ਵਰਦੀ ਆ ਉਰੇ। ਬਿਲਕੁਲ ਜੀ ਬਿਲਕੁਲ। ਅੱਛਾ ਚੱਲ ਇਹਨੂੰ ਤਾਂ ਹੌਸਲਾ ਦੇ ਦਿਓ। ਨਹੀਂ ਇਹ ਮੇਰੀ ਗੱਡੀ ਰਨਿੰਗ ਸੀਗੀ। ਅੱਛਾ ਇਹਦਾ ਮੈਂ ਫਿਰ ਥੋੜ੍ਹਾ ਜਿਹਾ ਸਮਾਨ ਬਦਲੀ ਕੀਤਾ ਸੀ, ਫਿਰ ਮੈਂ ਕਿਹਾ ਚਲੋ ਤਿਆਰ ਕਰਨ ਨੂੰ ਮੈਂ ਹੁਣ ਸਵੇਰੇ ਸਟਾਰਟ ਕਰ ਲਵਾਂ, ਉਹ ਤਾਂ ਆਪਣੀ ਮਰਜ਼ੀ, ਮੈਂ ਖੜੀ ਆ ਮਿਸਤਰੀ ਆਪਦੇ ਲਾ ਰੱਖੇ ਹੋਣੇ ਕਿ ਸਾਡੀਆਂ ਗੱਡੀਆਂ। ਮੈਂ ਭਾਜੀ ਇੱਦਾਂ ਨਾ ਮਿੰਟੇ ਥੋੜ੍ਹਾ ਜਿਹਾ ਆਪਣਾ ਹੀ ਸ਼ੁਰੂ ਕਰ ਲਏ, ਥੋੜ੍ਹਾ ਸ਼ੌਂਕ ਵੀ ਹੈਗਾ ਆ, ਸਮਾਨ ਵਗੈਰਾ ਸੋਰਸ ਕਰ ਲਈਦਾ। ਹੁਣ ਆਹ ਗੱਡੀ ਹੈ ਮੇਰੀ 201 ਆ, ਇਹ 190 ਕਹਿੰਦੇ ਆਪਾਂ ਨੂੰ, ਇਹ ਸੀ ਕਲਾਸ ਹੈ ਛੋਟੀ ਜਿਹੀ ਦਾ, ਉਹ ਹੈਗੀ ਈ ਕਲਾਸ, ਇਹ ਆ ਗਈ ਸੀ ਕਲਾਸ। ਇਹ ਹੁਣ ਪੇਂਟ 'ਤੇ ਆ ਗੱਡੀ, ਇਹ ਮੈਂ ਮਤਲਬ ਕਿ ਵਿਦਿਨ ਇਸ ਮੰਥ ਮੈਂ ਇਹਨੂੰ ਰੈਡੀ ਕਰ ਦੇਣਾ। ਇਹ ਵੀ ਸਮਾਨ ਇਹਦਾ ਸਾਰਾ ਕੁਝ ਲਿਆ ਕੇ ਰੱਖਿਆ ਹੋਇਆ ਪਹਿਲਾਂ ਹੀ, ਮੈਂ ਆਪਣੇ ਕੋਲ ਸਟੋਕ ਜਿਹੜੀਆਂ ਗੱਡੀਆਂ ਮੇਰੇ ਕੋਲ ਹੈਗੀਆਂ, ਮੇਰੇ ਕੋਲ ਸਟੋਕ 'ਚ ਸਾਰਾ ਸਮਾਨ ਪਿਆ ਹੋਇਆ। ਸਮਾਨ ਦਿੱਲੀਓਂ ਵੀ ਕਈ ਜਾਣੇ ਕਹਿੰਦੇ ਯਾਰ ਸੋਰਸ ਹੋ ਜਾਂਦਾ, ਮਿਲ ਜਾਂਦਾ, ਦਿੱਲੀਓਂ ਮਿਲ ਜਾਂਦਾ, ਬੰਬੇ ਹੈਗੇ ਆ, ਡਾਊਨ ਸਾਊਥ ਕਾਫੀ ਬੰਦੇ ਹੈਗੇ ਆ, ਅਤੇ ਬਾਕੀ ਜਿਹੜਾ ਕੋਈ ਇੱਥੋਂ ਨਾ ਵੀ ਮਿਲਿਆ ਉਹ ਫਿਰ ਮੈਂ ਬਾਹਰੋਂ ਸੋਰਸ ਕਰ ਲੈਂਦਾ ਉਹਨਾਂ। ਵੈਸੇ ਭਾਈ ਸੱਚੀ ਦੱਸਿਓ, ਕਲੈਕਟਰ ਉਹਦੇ ਪੰਜਾਬ 'ਚ ਵਧੀਆ ਨੇ ਕਿ ਸਾਊਥ ਵਾਲੇ ਵਧੀਆ ਨੇ? ਭਾਜੀ ਸਾਊਥ ਵਾਲਿਆਂ ਨਾਲ ਇੰਨਾ ਬਾਹਲਾ ਖਾਸਾ ਵਾਹ ਆਪਾਂ ਨੂੰ ਪਿਆ ਨਹੀਂ, ਪੰਜਾਬ 'ਚ ਮੈਂ ਬਹੁਤ ਘੱਟ ਕਲੈਕਟਰ ਦੇਖੇ ਜਿਹਨਾਂ ਦੀ ਗੱਡੀਆਂ ਮਤਲਬ ਕਿ ਮੇਨਟੇਨਡ ਅਤੇ ਓਰੀਜਨਲ ਨੇ, ਓਰੀਜਨਲ ਨੇ, ਉਹ ਤੁਹਾਨੂੰ ਗਿਣੇ ਚੁਣਵੇਂ ਕੁਝ ਮਿਲਣਗੇ। ਬਾਕੀ ਹੁਣ ਜੇ ਗੱਡੀ ਲਿਆ ਕੇ ਆਪਾਂ ਰੱਖ ਲੈਂਦੇ ਹਾਂ ਉਹਨੂੰ ਉੱਦਾਂ ਹੀ ਬਾਹਰੋਂ ਮਾਰਿਆ ਪੋਚਾ ਤਾਂ ਚਲਾ ਲਈ, ਉਹ ਚੀਜ਼ ਉਹ ਕਲੈਕਟਰ ਨਹੀਂ ਹੋਇਆ ਫਿਰ। ਹੁਣ ਕਲੈਕਸ਼ਨ 'ਚ ਹੋਰ ਕਿਹੜੀ ਗੱਡੀ ਲੱਗਦਾ ਯਾਰ ਕਿ ਓਰੀਜਨਲ ਹੋਵੇ, ਐਡ ਕਰ ਲਈਏ? ਮੈਂ ਭਾਜੀ ਲੱਭ ਰਿਹਾ, 2-3 ਗੱਡੀਆਂ ਦੀ ਮੇਰੀ ਗੱਲ ਚੱਲ ਵੀ ਰਹੀ ਆ, ਆਪਣੇ 126 ਆਉਂਦੀ ਸੀ, ਜਿੱਦਾਂ ਇਹ 123 ਆ, ਇਹ ਤੋਂ ਬਾਅਦ 126 ਆਈ ਸੀ, ਉਹ ਐਸ ਕਲਾਸ ਸੀ ਪੁਰਾਣੀ, ਇਹ ਸਾਰੀਆਂ ਈ ਕਲਾਸ ਆ, ਉਹ ਮੇਰੀ ਕਿਸੇ ਨਾਲ ਗੱਲ ਚੱਲ ਰਹੀ ਆ, ਉਹ ਵੀ ਕਿਸੇ ਦੇ ਘਰ ਖੜੀ ਆ, 15 ਸਾਲ ਹੋ ਗਏ ਗੱਡੀ ਖੜੀ ਆ, ਇੱਕ ਮੈਨੂੰ 124 ਹੀ ਹੋਰ ਮਿਲ ਰਹੀ ਆ, ਉਹ ਵੀ 12-13 ਸਾਲ ਹੋ ਗਏ ਜੈਕਾਂ 'ਤੇ ਖੜੀ ਆ, ਬੰਦੇ ਬਾਹਰ ਇੰਨਾ ਰਹੇ ਆ। ਅੱਛਾ ਅਤੇ ਕਾਰ ਕਿਸੇ ਨੇ ਚਲਾਈ ਨਹੀਂ 12-13 ਸਾਲ? 12-13 ਸਾਲ ਉਹ ਖੜੀ ਆ, ਉਹ ਹੁਣ ਮੇਰੀ ਉਹਨਾਂ ਨਾਲ ਗੱਲ ਚੱਲ ਰਹੀ ਆ, ਜੇ ਮੇਰਾ ਡੀਲ ਮੇਰੀ ਗੋ ਥਰੂ ਹੁੰਦੀ ਆ ਫਿਰ ਖੜ ਜੂ ਭਾਈ ਉਰੇ ਆ ਕੇ। ਹਾਂਜੀ ਫਿਰ ਇੱਥੇ ਲੱਗ ਜੂਗੀ ਆ ਗਈ। ਠੀਕ ਹੈ ਜੀ, ਬਾਕੀ ਹੁਣ ਥੋੜ੍ਹਾ ਜ਼ਿਆਦਾ ਵੀ ਨਹੀਂ ਇਹਨੂੰ ਐਕਸਪੈਂਡ ਕਰਨ ਦਾ ਮਨ ਕਰਦਾ, ਜਿੱਦਾਂ ਛੋਟਾ ਬ੍ਰਦਰ ਇੱਥੇ ਹੁੰਦਾ ਫਿਰ ਚੱਲਦੀਆਂ ਰਹਿੰਦੀਆਂ ਸੀ, ਖੜੀ ਗੱਡੀ ਖਰਾਬ ਕਰਨ ਨਾਲੋਂ ਘੱਟ ਲਿਮਿਟਡ ਆਪਣੀ ਕਲੈਕਸ਼ਨ ਰੱਖ ਲਓ। ਮੈਂ ਕਹਿੰਦਾ ਵੀਡੀਓ ਖਤਮ ਕਰਨੀ ਆ, ਉਹ ਕਿਹੜੀ ਨੌ ਮਾਡਲ ਉਹਦੇ ਕੋਲ ਨਾ ਕਰੀਏ ਜਾ ਕੇ ਹੈ, ਉਹ ਥੋੜ੍ਹੀ ਧੋਣ ਵਾਲੀ ਆ, ਉਹ ਤਾਂ ਖਾ ਦੇਣਾ ਉਧਰ ਮਾਰ ਲੈਂਦੇ ਗੇੜਾ। ਹਾਂਜੀ ਹਾਂਜੀ,
ਭਾਈ ਇੱਦਾਂ ਆ, ਹੁਣ ਜਿੱਦਣ ਹੋਊਗੀ ਨਾ ਇਹਦੀ ਰੈਲੀ, ਜ਼ਰੂਰ ਮੈਂ ਤੁਹਾਨੂੰ ਉਹਦੇ ਬਾਰੇ ਨਾ ਸਾਰਾ ਦੱਸੂੰਗਾ। ਉਦੋਂ ਵਿੱਕੀ ਤੈਨੂੰ ਉੱਥੇ ਲੈ ਕੇ ਚੱਲਾਂਗੇ ਜੱਟਾ, ਹੈ ਤਾਂ ਇੱਕ ਉਰੇ ਖੜੀ ਹੋਈ ਆ, ਇਹ ਹੈਗੀ ਆ ਬਾਈ ਜੀ 2009 E280 V6 V6 ਇਹ ਹੈ। ਹਾਂਜੀ ਆਫਿਸ 'ਚ ਚਾਬੀ ਫੜਾ ਜੀ, ਅਨਲੌਕ ਕਰ ਦਿਓ। ਹਾਂ ਇਹ ਆ ਉਹ ਹੈ, ਇਹ ਜਿੱਦਾਂ ਹੁਣ ਇਹਦਾ ਇੰਟੀਰੀਅਰ ਆ, ਇਹ ਤੋਂ ਬਾਅਦ ਜਿੱਦਾਂ ਸੀਟਾਂ ਵਗੈਰਾ ਕੰਪਨੀ ਥੋੜ੍ਹਾ ਘਟਣ ਲੱਗ ਪਈ। ਇਹ ਤਾਂ ਉਹ ਭਾਈ ਇੱਦਾਂ ਕਿ ਇਹ ਤਾਂ ਹੁਣ ਵੀ ਵਿਆਹ ਵਿਆਹ 'ਤੇ ਵੀ ਚੱਲ ਜਾਂਦੀਆਂ ਨੇ। ਲੋਕੀ ਕਰਦੇ ਹੁਣ, ਸਾਡੇ ਤਾਂ ਚਲੋ ਆਪਣੀਆਂ ਪਰਸਨਲ ਯੂਜ਼ ਲਈ ਆ, ਇਹ ਵੀ ਸਾਰੀ ਜਿੱਦਾਂ ਹੈਗੀ ਮੇਰੀ ਟੋਟਲੀ ਓਰੀਜਨਲ ਹੀ ਆ, ਗੱਡੀ ਸਾਰੀ ਸਾਫ਼ ਰੱਖੀ ਹੋਈ ਆ ਭਾਈ। ਐਂ ਆ ਦੇਖੀ ਹੁਣ ਇਹਦੀ ਬਿਲਡ ਕੁਆਲਿਟੀ, ਇੱਥੇ ਤੱਕ ਗੱਤੇ ਨੂੰ ਹੱਥ ਲਾਉਂਗੇ ਪਤਾ ਲੱਗਦਾ, ਜਿਹੜੀ ਨਵੀਂ ਆ ਗਈ ਉਹ ਸਿੱਧੇ ਫੱਟੇ ਜਿਹੇ ਲਾ ਤੇ ਉਹਨਾਂ 'ਚ ਬਹਿ ਕੇ ਉਹ ਫੀਲਿੰਗ ਹੀ ਨਹੀਂ ਆਉਂਦੀ, ਕਾਰਾਂ ਦਾ ਵੇਟ ਘੱਟ ਜਾਂਦਾ, ਵੇਟ ਘੱਟ ਜਾਂਦਾ। ਹੁਣ ਜੋ ਇਹਦੀ ਪਾਵਰ ਆ, ਇਸ ਇਹ ਹੈਗਾ 6.42 ਇੰਜਨ ਆ, ਮੈਂ ਸਭ ਤੋਂ ਪਾਵਰ MLGLS ਤੱਕ ਇਹੀ ਇੰਜਨ ਯੂਜ਼ ਹੁੰਦਾ ਹਾਲੇ ਤੱਕ, ਹੁਣ ਤੱਕ। ਹਾਂਜੀ ਇਹ V6 ਇੰਜਨ ਆ, ਇਹ ਮਤਲਬ ਕਿ ਇਹਨਾਂ ਦੀ ਡਰਾਈਵ ਅਲੱਗ ਹੀ ਆ ਆਪਣੀ। ਅੱਛਾ ਤਾਂ ਨਹੀਂ ਜੀ ਕਰਦਾ ਭਾਈ ਚੇਂਜ ਕਰਨ ਨੂੰ ਇਹ ਤੋਂ? ਨਹੀਂ ਚੇਂਜ ਕਰਨ ਨੂੰ ਮੈਂ ਪਹਿਲਾਂ, ਮੈਂ 2013 ਮਾਡਲ ਵੀ ਲਿਆਂਦੀ ਰੱਖੀ ਉਹ ਵੀ, ਬਟ ਜੋ ਇਹਨਾਂ ਡਰਾਈਵ ਹੈ ਮੇਰੇ ਕੋਲ ਇਹਦੇ ਨਾਲ ਦੀ, ਮੈਂ ਆਹ ਮੇਰੀ ਤੀਜੀ ਗੱਡੀ ਆ, ਪਹਿਲਾਂ ਲਿਆਂਦੀ ਸੇਲ ਕਰਤੀ ਵੀ ਦੂਜੀ, ਆਹ ਮੇਰੀ ਤੀਜੀ ਆ। ਵੇਖੀ ਇੱਕ ਚੀਜ਼ ਆਪਾਂ ਦੱਸਣੀ ਭੁੱਲ ਗਏ, ਹਾਂ ਦੇਖ ਇਹਦੇ ਸਨਰੂਫ ਜਿਹੜਾ ਹੈ ਨਾ ਇਹ ਗਲਾਸ ਵਾਲਾ, ਜਿਹੜੀ ਅੰਦਰ ਖੜੀਆਂ ਸੀਗੀਆਂ, ਜਿਹੜੀ ਬਲੂ ਆਪਾਂ ਦੇਖੀ ਆ ਇੰਪੋਰਟਡ ਵਾਲੀ, ਉੱਤੇ ਮੈਟਲ ਰੂਫ ਆਉਂਦੀ ਸੀਗੀ, ਉਹ ਸਾਰੀ ਲੋਹੇ ਦੀ, ਉਹ ਖੁੱਲਦਾ ਹੈਗਾ ਪਰ ਹੈਗਾ ਮੈਟਲ ਉੱਤੇ ਲੱਗਾ, ਮੈਟਲ ਰਹਿੰਦਾ ਉਹਦਾ, ਸ਼ਾਰਟ ਲਾ ਦੀ ਉੱਤੇ ਹੈ ਕੱਢ, ਉਹ ਕਹਿੰਦੇ ਆਪਾਂ ਨੂੰ ਕਹਿੰਦੇ ਸਨਰੂਫ, ਇਹ ਹੈਗੀ ਮੂਨ ਰੂਫ, ਇਹ ਮੂਨ ਰੂਫ ਆ, ਇਹਨੂੰ ਬਗੈਰ ਖੋਲੇ ਆਪਾਂ ਆਰ ਪਰ ਦੇਖ ਸਕਦੇ ਹਾਂ। ਇਹ 'ਚ ਜੇ ਆਪਾਂ ਹੁਣ ਜਿੱਦਾਂ ਧੁੱਪੇ ਜਾਂਦੇ ਇਹਨੂੰ ਕਵਰ ਲਾਉਣਾ ਪੈਂਦਾ ਆਪਾਂ ਨੂੰ, ਉਹ 'ਚ ਪਹਿਲੇ ਕਵਰ ਨਾਲ ਹੀ ਆਉਣਾ ਉਹਦੇ, ਉਹ ਵੀ ਮੈਟਲ ਦਾ, ਉਹ ਥੱਲੇ ਫੈਬਰਿਕ ਜਿਹੜਾ ਛੱਤ ਦਾ ਫੈਬਰਿਕ ਹੁੰਦਾ ਉਹ ਫੈਬਰਿਕ ਹੀ ਹੋਣਾ, ਤੁਹਾਨੂੰ ਦਿਖਾ ਦੇਣਾ ਤੁਸੀਂ ਦੇਖਣਾ। ਉਹ ਵਾਲਾ ਫੀਚਰ ਤਾਂ ਭੁੱਲ ਗਏ ਹੈ। ਹਾਂਜੀ ਹਾਂਜੀ ਗੱਲਾਂ ਗੱਲਾਂ ਦੇ ਵਿੱਚ ਕੋਈ ਯਾਰ ਚੀਜ਼ਾਂ ਇਦਾਂ ਦੀਆਂ ਨੇ, ਬੰਦਾ ਉਹ 'ਚ ਲੱਭੇ ਕੀ। ਹਾਂਜੀ ਹਾਂਜੀ ਬਈ ਜਦੋਂ ਇਦਾਂ ਗੱਡੀਆਂ ਕੱਢਦੇ ਹੋ ਰੋਡ ਦੇ ਉੱਤੇ, ਹਾਂਜੀ ਹੁਣ ਜਿਵੇਂ ਤਰਨ ਵੀਰਾ ਆਇਆ ਹੈ, ਹਾਂਜੀ ਵੀਰਾ ਕਹਿੰਦਾ ਯਾਰ ਮੈਂ ਗੱਡੀ ਰੋਜ਼ ਚਲਾਉਣਾ, ਬਿਲਕੁਲ ਨੋਟਿਸ ਕਿੰਨੇ ਕੁ ਲੋਕ ਕਰਦੇ ਯਾਰ ਕਿ ਹਾਂ ਬੰਦੇ ਨੂੰ ਰੋਕੀਏ ਇਹਨਾਂ ਨੂੰ ਹੈ। ਭਾਜੀ ਨੋਟਿਸ ਤੁਸੀਂ ਇਹ ਲਾ ਲਓ ਕਿ ਅਨਨੋਟਿਸ ਤਾਂ ਬੰਦਾ ਕੋਈ ਜਾਂਦਾ ਹੀ ਨਹੀਂ, ਤੁਸੀਂ ਨਾਲ ਭਾਵੇਂ ਗੇੜਾ ਕੱਢ ਕੇ ਦੇ ਲਓ, ਜੇ ਕੋਈ ਬੰਦਾ ਬਗੈਰ ਦੇਖੇ ਨਿਕਲ ਗਿਆ ਸਿੱਧਾ ਤਾਂ ਦੇਖ। ਹਾਂ ਲੈ ਭਾਈ ਆ ਆ ਵਿੱਕੀ ਇੱਧਰ ਦੇਖ, ਆ ਉਹ ਗੱਡੀ ਕੋਲ ਜਾ ਕੇ। ਇਹ ਇਲੈਕਟ੍ਰੋਨਿਕ ਜਿਹੜੀ ਹੈਗੀ ਆ ਸਨਰੂਫ, ਇਹ ਆਪਣੇ ਟਿਲਟ ਵੀ ਹੁੰਦੀ ਆ ਤੇ ਪੂਰੀ ਅੰਦਰ ਵੀ ਜਾਂਦੀ ਆ, ਇਹ ਅੰਦਰ ਚਲੀ ਜਾਂਦੀ, ਇਹ ਅੰਦਰ ਵਿੱਚ ਚਲ ਜਾਂਦੀ ਆ ਸਾਰਾ, ਮਤਲਬ ਕਿ ਇੰਨਾ ਸਪੇਸ ਸਾਨੂੰ ਓਪਨ ਹੋ ਜਾਂਦਾ ਸਾਰਾ ਇਹਦਾ। ਹਾਂ ਇਹਦੇ ਵਿੱਚ ਇਹ ਆਉਂਦਾ ਸੀਗਾ, ਉਦੋਂ ਗਲਾਸ ਗਲੂਸ ਦਾ ਆਪਸ਼ਨ ਨਹੀਂ ਸੀਗਾ? ਨਹੀਂ ਉਦੋਂ ਗਲਾਸ ਨਹੀਂ ਹੁੰਦੇ ਸੀਗੇ, ਉਦੋਂ ਸਾਰੀ ਜਿੰਨੀਆਂ ਗੱਡੀਆਂ ਸਨਰੂਫ ਆਈ ਹੁੰਦਾ, ਆਹ ਗੱਡੀ ਨੂੰ ਸਨਰੂਫ ਇਹ ਵੀ ਲੋਹੇ ਵਾਲੀ ਆ। ਅੱਛਾ ਉਹ ਬਾਹਰ ਜਿਹੜੀ ਤਰਨ ਦੀ ਗੱਡੀ ਖੜੀ ਮੈਂ ਤੁਹਾਨੂੰ ਦਿਖਾਉਣਾ, ਉਹ 'ਤੇ ਵੀ ਉਹਦੇ ਨਾਲ ਦੀ ਉਹ ਲੋਹੇ ਵਾਲੀ ਸਨਰੂਫ ਆ, ਉਹ ਮੈਨੂਅਲ ਆ, ਇਹ ਹੈਗੀ ਆਟੋਮੈਟਿਕ ਆ ਗਈ ਸੀ। ਤਰਨ ਵਾਲੀ ਗੱਡੀ ਤੇ ਹੋਰ ਬਾਕੀ ਜਿਹੜੀਆਂ ਆ, ਹਾਂਜੀ ਉਹਨਾਂ ਦੀ ਵੀਡੀਓ ਕਿਸੇ ਦਿਨ ਕਰਦੇ ਅੱਡ ਤੋਂ। ਹਾਂ ਹਾਂ ਤੁਸੀਂ ਜਦੋਂ ਮਰਜ਼ੀ ਉਹ ਸਸਪੈਂਸ ਰੱਖਦੇ ਆ ਉਹ ਵਾਲਾ, ਬਿਲਕੁਲ ਬਿਲਕੁਲ ਉਹਨੂੰ ਅਲੱਗ ਆਪਾਂ ਕਨਸੈਪਟ ਰੱਖਾਂਗੇ ਇੱਕ। ਤੇ ਬਾਕੀ ਭਾਈ ਦੇਖੋ ਇਹ ਕੋਈ ਪ੍ਰਮੋਸ਼ਨ ਨਹੀਂ ਹੈਗੀ, ਇਹ ਤਾਂ ਮੇਰਾ ਆਪਦਾ ਜੀ ਕਰਦਾ ਹੁੰਦਾ ਕਹਿੰਦੀ ਕਹਿੰਦੀ ਕਿ ਯਾਰ ਮੈਂ ਆਪਦੇ ਮਰਜ਼ੀ ਦੀਆਂ ਚੀਜ਼ਾਂ ਕਰਾਂ, ਆਪਦੇ ਮਰਜ਼ੀ ਦੀ ਵੀਡੀਓ ਕਰਾਂ, ਅਤੇ ਪਰ ਐਂ ਆ ਜਿਨ੍ਹਾਂ ਨੂੰ ਤਾਂ ਭਾਈ ਸ਼ੌਂਕ ਆ ਜਾਂ ਜਾਣਕਾਰੀ ਲੈਣੀ ਆ ਜਾਂ ਕੋਈ ਵੀ ਸਮਾਨ ਲੈਣਾ ਇਹਨਾਂ ਦੇ ਰਿਲੇਟਿਡ, ਉੱਪਰ ਆਈਡੀ ਦੇ ਤੀ ਵੀਰੇ ਹੁਣਾਂ ਦੀ, ਫੋਲੋ ਕਰ ਲਿਓ ਹੈ, ਜਿਹਦੇ ਤੋਂ ਵੀਰੇ ਹੁਣਾਂ ਦਾ ਨੰਬਰ ਮੈਂ ਲਿਆ ਸੀਗਾ। ਅਤੇ ਬਾਕੀ ਆਸ ਕਰਦੇ ਮਿੱਤਰੋ ਜਿਹੜੇ ਵੀਰ ਤਾਂ ਭਾਈ ਇਹਨਾਂ ਨੂੰ ਪਸੰਦ ਕਰਦੇ ਵੀਡੀਓ, ਉਹਨਾਂ ਨੂੰ ਵਧੀਆ ਲੱਗੀ ਹੋਊਗੀ, ਅਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ, ਅਤੇ ਬਾਈ ਜੀ ਤੁਹਾਡਾ ਹੈ ਸਮਾਂ ਦੇਣ ਲਈ, ਭਾਅ ਜੀ ਥੈਂਕ ਯੂ, ਤੁਹਾਡਾ ਤੁਸੀਂ ਆਏ ਬਹੁਤ ਬਹੁਤ ਧੰਨਵਾਦ, ਥੈਂਕ ਯੂ।